ਨਾਨਕ ਤੇ ਯਾਦ ਲੈ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਬਾਰੰਬਾਰ ਹੈ ਬੰਦਨਾ
ਸ੍ਰੀ ਗੁਰੂ ਗ੍ਰੰਥ ਦੋਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਭੂਤੇ ਆਦਿ ਗੁਰੇ ਨਮ ਹੈ ਜਗਾਦ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ੍ਰੀ ਗੁਰਦੇਵ ਨਮ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਧਨ ਮਾਹੀ ਮਿਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤਿ ਅਗਣਤ ਨੇਕੈ ਵੇਦ ਪ੍ਰਾਣ ਸਿਮਰਤ ਸੋਦਾਖਰ ਕਿਨੇ ਰਾਮ ਨਾਮ ਇੱਕ ਆਖਰ ਕਿਨਕਾ ਏਕ ਜਿਸ ਜੀਵ ਸਾਵੈ ਕਿਨਕਾ ਏਕ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਯਾਬੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਆਧਾਰੋ ਕਾਂਖੀ ਏਕੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਆਧਾਰੋ ਪਿਆਰੇ ਜੀ ਉਹਨਾਂ ਸੰਗ ਮੈਨੂੰ ਤਾਰ ਦੇ ਪਿਆਰੇ ਜੀ ਉਹਨਾਂ ਸੰਗ ਮੈਨੂੰ ਤਾਰ ਦੇ ਮਿਲ ਕੇ ਮਿਲ ਕੇ ਅਰੇ ਉਹਨਾਂ ਸੰਗ ਮੈਨੂੰ ਤਾਰ ਦੇ ਮੇਰੇ ਪਿਆਰੇ ਉਹਨਾਂ ਸੰਗ ਮੈਨੂੰ ਤਾਰ ਦੇ ਤਰਗੇ ਨੇ ਨਾਮ
ਤੇਰਾ ਜਪ ਕੇ ਜਿਹੜੇ ਤਰ ਗਏ ਨੇ ਨਾਮ ਤੇਰਾ ਜਪ ਕੇ ਉਹਨਾਂ ਸੰਗ ਮੈਨੂੰ ਤਾਰ ਦੇ ਜਿਹੜੇ ਤਰ ਗਏ ਨੇ ਤੇਰਾ ਨਾਮ ਜਪ ਕੇ ਉਹਨਾਂ ਸੰਗ ਮੈਨੂੰ ਤਾਰ ਦੇ ਸੰਗ ਜੀ ਮੈਨੂੰ ਤਾਰ ਦੇ ਉਹਨਾਂ ਸੰਗ ਜੇ ਸਾਈਆਂ ਮੈਨੂੰ ਤਾਰ ਦੇ ਉਹਨਾਂ ਸੰਗ ਮੈਨੂੰ ਤਾਰ ਦੇ ਉਹਨਾਂ ਸੰਗ ਕੰਖੀਏ ਕੈ ਦਰਸ ਤਿਹਾਰੋ ਕੰਖੀਏ ਕੈ ਦਰਸ ਤਿਹਾਰੋ ਕੰਖੀ ਇੱਕ ਦਰਸ ਤਿਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਪਿਆਰੇ ਜੀ ਉਹਨਾਂ ਸੰਗ ਮੈਨੂੰ ਤਾਰ ਦੇ ਚਾਰਿਆ ਉਹਨਾਂ ਸੰਗ ਮੈਨੂੰ ਤਾਰ ਦੇ ਪਿਆਰੇ ਜੀ ਮੇਰੇ ਪਿਆਰੇ ਉਹਨਾਂ ਸੰਗ ਮੈਨੂੰ ਤਾਰ ਦੇ ਸਾਈਆਂ ਉਹਨਾਂ ਸੰਗ ਮੈਨੂੰ ਤਾਰ ਦੇ ਨਾਮ ਹੈ ਜੀ ਤੇਰਾ ਜਪਿਆ ਉਹਨਾਂ ਸੰਗ ਮੈਨੂੰ ਤਾਰ ਦੇ ਜਿੰਨਾ ਨਾਮ ਹੈ ਜੀ ਤੇਰਾ ਜ
ਜਪਿਆ ਉਹਨਾਂ ਸੰਗ ਮੈਨੂੰ ਤਾਰ ਦੇ ਨਾਮ ਹੈ ਹਾਂਜੀ ਕਾਂਖੀ ਇੱਕ ਹੈ ਦਰਸ ਤਿਹਾਰੋ ਨਾਨਕੋ ਨ ਸੰਗ ਮੋਹੇ ਅਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਦਿਨ ਦੁਨੀਆ ਦੇ ਮਾਲਕ ਆਦ ਤਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਸਦਾ ਹੀ ਸੁੱਖ ਦੇਣ ਵਾਲੀ ਨਿੱਕੀ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹਾਂ, ਉੱਤਮ ਕਰਮ ਨੇ ਮਹਾਰਾਜ ਕਹਿੰਦੇ ਭਾਗ ਠੜੈ ਹਰ ਸੰਤ ਤੁਮਾਰੇ। ਭਾਗ ਠੜੈ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਮਹਾਰਾਜ ਕਹਿੰਦੇ ਕਿੰਨਾ ਦੇ ਵੱਡੇ ਭਾਗ ਨੇ ਜੀ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਬੋਲੋ ਜੀ ਸਤਨਾਮ। ਭਾਗ ਠੜੈ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਮਹਾਰਾਜ ਕਹਿੰਦੇ ਉਹ ਪ੍ਰਵਾਨ ਨੇ, ਪ੍ਰਵਾਨ ਗਣੇ ਸਹੀ ਜਨ ਆਏ ਸਫਲ ਤਿੰਨਾਂ ਕੇ। ਵੱਡੇ ਭਾਗ ਨੇ ਭਾਈ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਸੁਭਾਗ ਸਮੇਂ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਜਿੰਨੇ ਵੀ ਸਰੀਰ ਜੁੜੇ ਹੋ, ਜੁੜ ਰਹੇ ਹੋ, ਆਏ ਹੋ, ਆ ਰਹੇ ਹੋ, ਸਾਰੇ ਹਾਜ਼ਰੀ ਲਵਾਈਏ, ਗੁਰਫਤਿਹ ਦੀ ਪਾਇਓ, ਸਾਂਝ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਾਤਸ਼ਾਹ ਜਗਤ ਗੁਰੂ ਧੰਨ ਧੰਨ, ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 551ਵਾਂ, ਸਾਢੇ 500 ਸਾਲਾਂ ਪਿਛਲੇ ਸਾਲ ਮਨਾਇਆ। ਬੜਾ ਸੰਗਤਾਂ ਨੇ ਉੱਦਮ ਉਪਰਾਲਾ ਕੀਤਾ ਸੀ, ਉਤਸ਼ਾਹ ਕੀਤਾ ਸੀ। ਤਕਰੀਬਨ ਸਵਾ ਮਹੀਨਾ ਲਗਾਤਾਰ ਗੁਰੂ ਨਾਨਕ ਦੀ ਯਾਦ ਵਿੱਚ ਆਪਾਂ ਸਾਰੇ ਜੁੜੇ ਸਾਂ। ਸਾਰਿਆਂ ਨੂੰ ਪਤਾ, ਜਿਨ੍ਹਾਂ ਜਿਨ੍ਹਾਂ ਨੇ ਡਿਊਟੀਆਂ ਲਾਈਆਂ, ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ ਸੀ, ਸਤਿਗੁਰ ਨੇ ਕਿਰਪਾ ਕੀਤੀ। 551ਵਾਂ ਸਾਲ ਸ਼ੁਰੂ ਹੋਇਆ, ਜਿੱਥੇ ਆਪ ਜੀ ਨੇ ਲਾਹਾ ਲਿੱਤਾ 3 ਰੋਜ਼ ਤੋਂ, ਉੱਥੇ ਪ੍ਰਬੰਧਕਾਂ ਦੇ ਹੁਕਮ ਅਨੁਸਾਰ 10 ਨੂੰ ਵੀ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਮਿਲਿਆ। ਜਿੱਥੇ ਆਪ ਵੱਡੇ ਭਾਗਾਂ ਵਾਲੇ ਹੋ, ਉੱਥੇ ਸਾਧ ਸੰਗਤ
ਕਿਰਪਾ ਕੀਤੀ, ਸਤਿਗੁਰਾਂ ਨੇ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਅਤੇ ਸਾਧ ਸੰਗਤ ਇੱਕ ਇੱਕ ਘੜੀ ਇੱਕ ਇੱਕ ਪਲ ਨੂੰ ਅਸੀਂ ਸੁਹਾਵਣਾ ਬਣਾਉਣਾ ਹੈ, ਵੱਡੇ ਭਾਗਾਂ ਵਾਲਾ ਬਣਾਉਣਾ ਹੈ। ਕਿਵੇਂ ਬਣੇਗਾ? ਸਾਹਿਬ ਕਹਿੰਦੇ ਨੇ ਏਕ ਘੜੀ ਆਦੀ ਘੜੀ ਆਦੀ ਹੁਣ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕਿਨੇ ਸੋ ਲਾਭ। ਭਾਵੇਂ ਇੱਕ ਘੜੀ ਮਿਲੀ ਹੈ, ਅੱਧੀ ਘੜੀ ਮਿਲੀ ਹੈ, ਜਿੰਨਾ ਵੀ ਸਮਾਂ ਮਿਲਿਆ ਨਾ ਪਿਆਰਿਓ, ਜੁੜੀਏ ਆਪਾਂ। ਸਭ ਤੋਂ ਪਹਿਲਾਂ ਮੈਂ ਸਾਰੀਆਂ ਨਗਰ ਸਹਾਬਪੁਰ ਦੀਆਂ ਸੰਗਤਾਂ ਨੂੰ, ਪ੍ਰਬੰਧਕਾਂ ਨੂੰ, ਗੁਰੂ ਕੇ ਵਜ਼ੀਰਾਂ ਨੂੰ, ਸੇਵਾਦਾਰਾਂ ਨੂੰ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਸਤਿਗੁਰੂ ਕਿਰਪਾ ਕਰਨ, ਜੁੜੇ ਹਾਂ ਅਤੇ ਜੁੜੇ ਰਹੀਏ। ਸਤਿਗੁਰੂ ਜੋੜੀ ਰੱਖਣ ਆਪਣੇ ਚਰਨਾਂ ਦੇ ਨਾਲ, ਮੁਬਾਰਕ ਚਰਨਾਂ ਦੇ ਨਾਲ ਜੋੜੀ ਰੱਖਣ, ਕਿਰਪਾ ਕਰਨ। ਆਪਾਂ ਪੜ੍ਹ ਰਹੇ ਸਨ ਪੰਚਮ ਪਾਤਸ਼ਾਹ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਵਚਨ। ਮਹਾਰਾਜ ਕਹਿੰਦੇ ਨੇ ਏਕ ਕਿਨ ਕਾ, ਗੱਲ ਬਸ ਇੱਕ ਕਿਣਕੇ ਦੀ ਹੈ ਪਿਆਰਿਓ। ਪਾਤਸ਼ਾਹ ਜੀ ਤਾਂ ਇੱਕ ਕਿਣਕੇ ਦੀ ਵੀ ਗੱਲ ਕਰ ਰਹੇ ਨੇ, ਭਾਵੇਂ ਸਾਡੇ ਬਸ ਹਿਰਦੇ 'ਚ ਵੱਸ ਜਾਵੇ। ਇੱਥੇ ਬਹੁਤੀਆਂ ਗਿਣਤੀਆਂ ਮਿਣਤੀਆਂ ਦੀ ਗੱਲ ਨਹੀਂ ਜੇ ਪਿਆਰਿਓ। ਇੱਥੇ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੋਣਾ, ਪੜ੍ਹਿਆ ਹੋਣਾ, ਪਾਤਸ਼ਾਹ ਨੇ ਕਹਿ ਦਿੱਤਾ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਤੂੰ ਪੜ੍ਹੀ ਚੱਲ। ਮਹਾਰਾਜ ਕਹਿੰਦੇ ਜੇਤਾ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋਵੇ ਜੀਆ ਆਪਣਾ ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨ ਪਹਿਰੇ ਐਨ ਸਕੈਰੇ ਮੋਨ ਵਿਗੁੱਤਾ, ਕਿਉਂ ਜਾਗੈ ਗੁਰਬਿਨ ਸੁੱਤਾ, ਪਾਗੇ ਉਹ ਪਤਾ ਨਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਬਿਣ ਨਾਵੈ ਕਿਛ ਥਾਏ ਨਾ ਪਾਈ। ਗੱਲ ਨਾਮ ਦੀ ਹੈ ਪਿਆਰੇ, ਬੋਲੋ ਸਾਧਨਾ। ਨਾਮ ਤੋਂ ਬਿਨਾਂ ਭਾਈ ਥਾਂ ਨਹੀਂ ਜੇ ਮਿਲਣੀ, ਬੋਲੋ ਸਾਧਨਾ। ਹੋਰ ਪ੍ਰਮਾਣ ਲੈ ਲਓ ਗੁਰੂ ਨਾਨਕ ਸਾਹਿਬ ਦਾ, ਕਿਉਂ ਆਪਾਂ ਜਿਹੜੇ ਸਤਿਗੁਰਾਂ ਦਾ ਪ੍ਰਕਾਸ਼ ਮਨਾ ਰਹੇ ਨੇ ਅਤੇ ਬਾਤਾਂ ਵੀ ਫਿਰ ਉਹਦੀਆਂ ਹੀ ਕਰਨੀਆਂ ਨੇ, ਬੋਲੋ ਸਾਧਨਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਪਿਆਰਿਓ, ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਵਾਰਸ ਵਾਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਯਾਰ ਜਾ, ਪੜੀ ਹੈ ਜੇਤੇ ਸਾਸ, ਨਾਨਕ ਲਿਖੈ ਇੱਕ ਗੱਲ ਹੋਰ ਹਉ ਮੈਂ ਚੱਖਣਾ ਚਾਖ। ਜੋ ਵੀ ਕੀਤਾ ਮਹਾਰਾਜ ਕਹਿੰਦੇ ਸਾਰਾ ਹਉਮੈ ਦੇ ਵਿੱਚ ਹੀ ਕੀਤਾ, ਇੱਕੋ ਹੀ ਗੱਲ ਹੈ ਪਿਆਰਿਓ। ਉਹ ਕਿਹੜੀ ਹੈ? ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਗੱਲ ਤੇ ਹੁਕਮ ਦੀ ਹੈ। ਪੜ੍ਹ ਰਹੇ ਸਨ ਏਕ ਕਿਨਕਾ, ਜੋਤ ਉਹੀ ਹੈ ਗੁਰੂ ਨਾਨਕ ਦੀ, ਪੰਜਵੀਂ ਜੋਤ ਵਿੱਚ ਕਹਿੰਦੇ ਨੇ। ਕਹਿੰਦੇ ਉਹ ਪਿਆਰੇ ਆ, ਇੱਥੇ ਗਿਣਤੀਆਂ ਦੀ ਗੱਲ ਨਹੀਂ, ਇੱਕ ਕਿਣਕੇ ਹੀ ਵਸਾ ਲਾ ਹਿਰਦੇ 'ਚ। ਮਹਾਰਾਜ ਕਹਿੰਦੇ ਜਿਸ ਜੀਵ ਸਾਵੈ ਤਾਂ ਕੀ ਮਹਿਮਾ, ਗਣੀ ਨਾ ਆਵੈ ਕਾਂਖੀ ਏਕੈ ਦਰਸ ਤਿਹਾਰੋ, ਨਾਨਕ ਉਨ ਸੰਗ ਮੋਹੇ ਆਧਾਰੋ। ਮਹਾਰਾਜ ਕਹਿੰਦੇ ਮੈਨੂੰ ਇੱਕ ਅੱਖ ਝਮਕਣ, ਜਿਤਨੇ ਸਮੇਂ ਉਹਦੇ ਦੀਦਾਰ ਹੋ ਜਾਣ ਤਾਂ ਤੇ ਮੇਰਾ ਵੀ ਆਧਾਰ ਹੋ ਜਾਵੇ, ਬੋਲੋ ਸਾਧਨਾ। ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਆਰਿਓ,
ਜਿਨ੍ਹਾਂ ਦਾ ਪ੍ਰਕਾਸ਼ ਮਨਾ ਰਹੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਜੋ ਸਾਧ ਸੰਗਤ ਰਾਏ ਭੋਏ ਦੀ ਤਲਵੰਡੀ ਨੂੰ ਕਿਉਂ ਪਿਆ, ਜਿਹੜਾ ਰਾਏ ਬੁਲਾਰ ਸੀ ਉਹਦੇ ਪਿਤਾ ਦੇ ਨਾਂ 'ਤੇ ਰਾਏ ਭੋਏ ਦੀ ਤਲਵੰਡੀ ਪਿੰਡ ਵਜਿਆ, ਰਾਏ ਭੋਏ ਦੀ ਤਲਵੰਡੀ ਤਾਂ ਕਿਹਾ ਜਾਂਦਾ। ਉਸ ਸਮੇਂ ਇਹ ਪੰਜਾਬ ਦੇ ਵਿੱਚ ਹੀ ਸੀ, ਹੁਣ ਤਾਂ ਪਾਕਿਸਤਾਨ ਬਣ ਗਿਆ, ਪੰਜਾਬ 'ਚ ਸੀ ਰਾਏ ਭੋਏ ਦੀ ਤਲਵੰਡੀ ਪੰਜਾਬ ਦੇ ਵਿੱਚ। ਪ੍ਰਕਾਸ਼ ਕਦੋਂ ਹੋਇਆ? 14 April 1469 ਈਸਵੀ। ਬੇਨਤੀ ਕਰ ਦੇਵਾ ਮੈਂ ਅਤੇ ਸਾਧ ਸੰਗਤ, ਜਦੋਂ ਆਪਾਂ ਇਹ ਡੇਟ ਬੋਲਦੇ ਹਾਂ, ਤਰੀਕ ਬੋਲਦੇ ਹਾਂ ਜੀਵਨ ਬੌਰੇ ਦੇ ਮੁਤਾਬਕ, ਉਦੋਂ ਹਰ ਇੱਕ ਦੇ ਮਨ ਦੇ ਵਿੱਚ ਭੁਲੇਖਾ ਵਜਾ ਆ ਜਾਂਦਾ, ਸਵਾਲ ਜੇ ਖੜ੍ਹੇ ਹੋ ਜਾਂਦੇ ਨੇ। ਮੈਂ ਮਾਫ਼ੀ ਮੰਗ ਕੇ ਬੇਨਤੀ ਕਰ ਦੇਵਾਂ, ਕੋਈ ਬਹੁਤਾ ਵੱਡਾ ਗਿਆਨੀ ਨਹੀਂ, ਕੋਈ ਪ੍ਰਚਾਰਕ ਨਹੀਂ, ਆਪ ਜੀ ਦੇ ਸੰਗਤਾਂ ਦੇ ਚਰਨਾਂ ਦੀ ਧੂੜ ਹਾਂ ਭਾਈ। ਸਤਿਗੁਰੂ ਜੀ ਦਾ ਪ੍ਰਕਾਸ਼ 14 April 1469 ਵੈਸਾਖ ਦੇ ਵਿੱਚ ਹੋਇਆ, ਪਰ ਹੁਣ ਤਾਂ ਆਪਾਂ ਕਈ ਸਵਾਲ ਕਿੱਦਾਂ ਖੜਾ ਹੋ ਜਾਵੇਗਾ ਵੀ ਹੁਣ ਤਾਂ ਨਵੰਬਰ ਚੱਲ ਰਿਹਾ, ਹੁਣ ਤਾਂ ਮਹੀਨਾ ਵੀ ਮੇਰਾ ਖਿਆਲ ਮੱਘਰ ਦਾ ਚੱਲ ਰਿਹਾ ਹੈ। ਕਈ ਵਾਰ ਆ ਜਾਂਦਾ ਆਉਣ ਵਾਲੀ ਪੀੜ੍ਹੀ ਦੇ ਸਵਾਲ ਜੋ ਮਨ ਦੇ ਵਿੱਚ ਉੱਠ ਕੇ ਤਾਂ ਪੈਂਦਾ, ਪਰ ਇਹ ਆਪਣੇ ਆਪਣੇ ਗੁਰਮਤੇ ਹਨ। ਕੱਤਕ ਦੀ ਪੂਰਨਮਾਸੀ ਨੂੰ ਮਨਾਉਂਦੇ ਪਏ ਹਾਂ ਸਾਰੇ, ਪਰ ਜਦੋਂ ਪੁਰਾਤਨ ਇਤਿਹਾਸ ਪੜ੍ਹੀਦਾ, ਜੀਵਨ ਬੌਰਾ ਪੜ੍ਹੀਦਾ ਕਿ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਾਜਨਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਸਾਜਿਆ ਸੀ, ਵਿਸਾਖ ਦੇ ਮਹੀਨੇ ਦੇ ਵਿੱਚ, ਵਿਸਾਖੀ ਦਾ ਦਿਹਾੜਾ ਸੀ ਉਸ ਵੇਲੇ। ਆਓ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮਨਾ ਰਹੇ ਹਾਂ, ਉੱਤਮ ਕਰਮ ਹਨ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਕਿਉਂ ਦੁਨੀਆਂ ਦੇ ਵਿੱਚ ਆਉਣਾ ਪਿਆ, ਕਿਉਂ ਸੰਸਾਰ ਦੇ ਵਿੱਚ ਆਉਣਾ ਪਿਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਉਂ ਆਉਣਾ ਪਿਆ, ਕੀ ਲੋੜ ਸੀ ਪਿਆਰਿਓ? ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਉਸ ਵੇਲੇ ਦਾ ਜਿਹੜਾ ਸਮਾਂ ਸੀ, ਉਸ ਵਕਤ ਦਾ ਜਿਹੜੇ ਹਾਲਾਤ ਸਨ, ਉਸ ਵੇਲੇ ਦਾ ਵੀ ਆਹੀ ਹਾਲ ਸੀ ਜਿਹੜਾ ਅੱਜ ਸਾਡੇ ਪਬਲਿਕ ਨਾਲ, ਲੋਕਾਂ ਦੇ ਨਾਲ ਹੋ ਰਿਹਾ ਹੈ। ਗਰੀਬ ਲੋਕਾਂ ਨੂੰ ਦੱਬਿਆ ਲਤਾੜਿਆ ਜਾ ਰਿਹਾ ਸੀ, ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਲੁੱਟਿਆ ਜਾ ਰਿਹਾ ਸੀ, ਕਰਮ ਕਾਂਡ ਹੋ ਰਹੇ ਸਨ, ਭਾਵ ਕਿ ਘੋਰ ਪਾਪ ਹੋ ਰਿਹਾ ਸੀ ਇਸ ਧਰਤੀ ਦੇ ਉੱਤੇ। ਕਹਿੰਦੇ ਨੇ ਧਰਤੀ ਨੇ ਪੁਕਾਰ ਕੀਤੀ, ਸੁਣੀ ਪੁਕਾਰ ਦਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਪੁਕਾਰ ਸੁਣੀ ਧਰਤੀ ਦੀ, ਹਿਰਦੇ ਤੋਂ ਜਦੋਂ ਕੋਈ ਪੁਕਾਰ ਕਰਦਾ ਨਾ ਕਿ ਪਾਤਸ਼ਾਹ ਕਿਰਪਾ ਕਰ, ਹੁਣ ਕੋਈ ਭੇਜ ਬਲੀ ਔਲੀਆ ਅਵਤਾਰ, ਜਿਵੇਂ ਹੁਣ ਆਪਾਂ ਕਹਿੰਦੇ ਹਾਂ ਨਾ, ਅੱਜ ਵੀ ਕਈ ਨੌਜਵਾਨਾਂ ਦੇ ਹਿਰਦਿਆਂ ਦੇ ਵਿੱਚ ਪੁਕਾਰ ਆ ਰਹੀ ਹੈ, ਪੁਕਾਰ ਕਰਦੇ ਨੇ ਬੜੇ ਨੌਜਵਾਨਾਂ ਦੇ, ਸੁਣੀ ਦਾ ਆਪਾਂ ਸੋਸ਼ਲ ਮੀਡੀਆ ਚੱਲ ਰਿਹਾ ਏ, ਕੀ ਕਹਿੰਦੇ ਨੇ, ਧਾਰਨਾ ਜੇ ਵਿੱਚ ਹੀ ਗਾਇਨ ਕਰ ਦੇਵਾਂ ਮੈਂ,
ਆਵੀ ਬਾਬਾ ਤੀਰ ਵਾਲਿਆ, ਪਿਆਰੇ ਜੀ ਆਵੀ ਬਾਬਾ ਤੀਰ ਵਾਲਿਆ, ਪਿਆਰੇ ਜੀ ਪਿਆਰੇ ਜੀ ਆਵੀ ਬਾਬਾ ਤੇਰੀ ਕੌਮ ਹੈ, ਤੇਰੀ ਕੌਮ ਹੈ ਬਿਖੜ ਇੱਥੇ ਚੱਲੀ, ਆਵੀ ਬਾਬਾ ਤੀਰ ਵਾਲਿਆ, ਤੇਰੀ ਕੌਮ ਹੈ ਬਿਖੜ ਅੱਜ ਚੱਲੀ, ਆਵੀ ਬਾਬਾ ਤੀਰ ਵਾਲਿਆ, ਕੌਮ ਹੈ ਆਵੀ ਬਾਬਾ ਤੀਰ ਵਾਲ, ਆਵੀ ਬਾਬਾ ਤੀਰ ਵਾਲ, ਆਵੀ ਬਾਬਾ ਤੀਰ ਵਾਲ, ਕਹਿੰਦੇ ਨੇ ਕਹਿੰਦੇ ਅੱਜ ਬਾਬਾ ਤੀਰ ਵਾਲਾ ਹੁੰਦਾ ਨਾ, ਅੱਜ ਆ ਹਾਲਾਤ ਨਾ ਹੁੰਦੇ ਪੰਜਾਬ ਦੇ, ਅੱਜ ਆ ਹਾਲਾਤ ਨਾ ਹੁੰਦੇ ਗੁਰਮੁਖ ਪਿਆਰਿਓ, ਆਪਾਂ ਵੇਖਦੇ ਹਾਂ ਕਿੱਦਾਂ ਸਾਡੇ ਕਿਸਾਨ ਭਰਾ ਕਿੱਦਾਂ ਸਾਧ ਸੰਗਤ ਸੜਕਾਂ 'ਤੇ ਉਤਰੇ ਹੋਏ ਨੇ, ਕਿੱਦਾਂ ਸਰਕਾਰ ਦੇ ਨਾਲ ਸਾਧ ਸੰਗਤ ਬਹੁਤ ਕੁਝ ਹੋ ਰਿਹਾ। ਮੈਂ ਬੇਨਤੀ ਕਰ ਰਿਹਾ ਸਾਂ ਮਹਾਰਾਜ, ਕਹਿੰਦੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਹਿ ਪਟਾਇਆ, ਆਹ ਸਮਾਂ ਉਦੋਂ ਵੀ ਸੀ ਗਰੀਬਾਂ ਨੂੰ ਸਾਧ ਸੰਗਤ ਦੱਬੇ ਕੁਚਲੇ ਲੋਕਾਂ ਨੂੰ ਲਤਾੜਿਆ ਜਾ ਰਿਹਾ ਸੀ ਵਹਿਮਾਂ ਭਰਮਾਂ ਦੇ ਵਿੱਚ, ਕਰਮਾਂ ਕਾਂਡਾਂ ਦੇ ਵਿੱਚ, ਮੌਕੇ ਦੀ ਹਕੂਮਤ, ਮੌਕੇ ਦੇ ਸਾਧ ਸੰਗਤ ਹਾਕਮ, ਬਹੁਤ ਵੱਡਾ ਸਾਧ ਸੰਗਤ ਕੋਰ ਭਾਵ ਹੋ ਰਿਹਾ ਸੀ। ਫਿਰ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਵਿੱਚ ਆਏ, ਜਿਹਦੀ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ ਮਿਟੀ ਧੁੰਦ ਜਗ ਚਾਨਣ ਹੋਆ, ਸਤਿਗੁਰ ਨਾਨਕ ਪ੍ਰਗਟਿਆ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਉਸ ਵੇਲੇ ਕਹਿੰਦੇ ਨੇ ਕਿਹੜੀ ਧੁੰਦ ਸੀ, ਆਹ ਧੁੰਦ ਸੀ ਆ ਵਿਕਾਰਾਂ ਦੀ, ਵਿਸ਼ਿਆਂ ਦੀ, ਇੱਕ ਦੂਜੇ ਨਾਲ ਸੂਦ ਸਾਧ ਦਾ ਭੇਦਭਾਵ ਰੱਖਣਾ, ਊਚ ਨੀਚ ਸੂਦ ਸਾਧ ਆਹ ਕੁਛ ਚੱਲ ਰਿਹਾ ਸੀ। ਅਤੇ ਗੁਰੂ ਨਾਨਕ ਸਾਹਿਬ ਨੇ ਆ ਕੇ ਫਿਰ ਮਹਾਰਾਜ ਜੀ ਕਹਿੰਦੇ ਨੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੈ ਅੰਧੇਰ ਪਲੋਆ, ਕਹਿੰਦੇ ਜਿਵੇਂ ਨਾ ਸੂਰਜ ਨਿਕਲਦਾ ਫਿਰ ਉਦੋਂ ਫਿਰ ਜਿਹੜੇ ਤਾਰੇ ਹੁੰਦੇ ਨੇ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਚਲੇ ਗਏ, ਸੁੱਪ ਜਾਂਦੇ ਨੇ ਸਾਰੇ। ਇਸ ਕਰਕੇ ਕਹਿੰਦੇ ਨੇ ਆ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ, ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਲੋਕਾਂ ਨੂੰ ਸੂਰਜ ਦੀ ਤਰ੍ਹਾਂ ਟੱਕਰੇ, ਤਾਰੇ ਛੱਪੇ ਅੰਧੇਰ ਪਰੋਆ, ਸਿੰਘ ਬੁੱਕੈ ਮਿਰਗਾਵਲੀ, ਕਹਿੰਦੇ ਜਿਵੇਂ ਨਾ ਸ਼ੇਰ ਸਿੰਘ ਬਣ ਦੇ ਵਿੱਚ ਬੁੱਕਦਾ ਗਰਜਦਾ, ਕਹਿੰਦੇ ਮਿਰਗਾਂ ਨੂੰ ਫਿਰ ਭਾਜੜ ਪੈ ਜਾਂਦੀ ਹੈ, ਦੌੜ ਜਾਂਦੇ ਨੇ ਮਿਰਗ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਤੀਰ ਤੁਰੋਆ, ਕਹਿੰਦੇ ਉਹਨਾਂ ਨੂੰ ਭੱਜਦਿਆਂ ਨੂੰ ਫਿਰ ਥਾਂ ਨਹੀਂ ਜਿੱਥੇ ਆਉਂਦੀ ਜਦੋਂ ਮਿਰਗ ਦੌੜਦੇ ਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿੱਥੇ ਬਾਬਾ ਪੈਰ ਧਰੈ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨ ਨੂੰ ਟਿਕਾਇਆ, ਕਦਮ ਰੱਖੇ, ਪੂਜਾ ਆਸਣ
ਥਾਪਣ ਸੋਇਆ। ਮੱਕੇ ਗਿਆ ਬਾਬਾ, ਅੱਜ ਉੱਥੇ ਵੀ ਸਾਧ ਸੰਗਤ ਮੱਕੇ 'ਚ ਬਾਬੇ ਦੀ ਪੂਜਾ ਹੋ ਰਹੀ ਹੈ। ਬੋਲੋ ਸਤਨਾਮ। ਬਗਦਾਦ ਗਿਆ ਬਾਬਾ, ਉੱਥੇ ਵੀ ਅੱਜ ਪੂਜਾ ਹੋ ਰਹੀ ਹੈ। ਸ਼੍ਰੀ ਲੰਕਾ ਗਿਆ ਬਾਬਾ, ਉੱਥੇ ਵੀ ਪੂਜਾ ਹੋ ਰਹੀ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਜਿੱਥੇ ਬਾਬਾ ਪੈਰ ਧਰੇ, ਭਾਈ ਗੁਰਦਾਸ ਜੀ ਕਹਿੰਦੇ, ਪੂਜਾ ਆਸਣ ਥਾਪਣ ਸੋਇਆ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਮੀ ਸੱਚਾ ਢੋਆ, ਅਤੇ ਘਰ ਘਰ ਅੰਦਰ ਧਰਮਸਾਲ। ਇਹ ਉਪਦੇਸ਼ ਭਾਈ ਗੁਰਦਾਸ ਜੀ ਕਹਿੰਦੇ ਨੇ, ਇਹ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ, ਗੁਰੂ ਨਾਨਕ ਸਾਹਿਬ ਦੀ ਸੋਚ ਸੀ ਕਿ ਹਰ ਇੱਕ ਘਰ ਗੁਰਦੁਆਰਾ ਹੋਣਾ ਚਾਹੀਦਾ। ਬੋਲੋ ਸਾਧਨਾ। ਸਾਡੇ ਭਾਗਾਂ ਵਾਲੇ ਸਾਂ ਗੁਰਮੁਖ ਪਿਆਰਿਓ, ਕਿਸੇ ਨੇ ਇੱਕ ਪਾਠ ਕੀਤਾ ਹੋਣਾ 550 ਸਾਲੇ 'ਤੇ, ਕਿਸੇ ਨੇ ਦੋ ਕੀਤੇ ਹੋਣੇ, ਕਿਸੇ ਨੇ ਸਵਾ ਮਹੀਨਾ ਡਿਊਟੀਆਂ ਲਾਈਆਂ ਹੋਣੀਆਂ। ਉਹ ਗੁਰੂ ਨਾਨਕ ਦਾ ਉਪਦੇਸ਼ ਸੀ, ਘਰ ਘਰ ਅੰਦਰ ਧਰਮਸਾਲ, ਹੋਆ ਕੀਰਤਨ ਸਦਾ ਵਸੋਆ। ਬਾਬਾ ਜੀ ਕੀ ਕਹਿੰਦੇ ਨੇ, ਪੜ੍ਹਿਓ ਪਿਆਰ ਦੇ ਨਾਲ ਗੱਜ ਵੱਜ ਕੇ। ਪਿਆਰੇ ਜੀ ਘਰ ਘਰ ਬਾਬਾ ਗਾਵੀਐ, ਪਿਆਰੇ ਹੋ ਘਰ ਘਰ ਬਾਬਾ ਗਾਵੀਐ, ਪਿਆਰੇ ਜੀ ਘਰ ਘਰ ਬਾਬਾ ਗਾਵੀ। ਘਰ ਘਰ ਬਾਬਾ ਗਾਵੀਐ, ਵਜਨ ਤਾਲ ਮਰਦੰਗ ਰਬਾਬਾ, ਵਜਨ ਤਾਲ ਮਰਦੰਗ ਰਬਾਬਾ, ਵਜਨ ਤਾਲ ਮਰਦੰਗ, ਤਾਲ ਮਰਦੰਗ ਰਬਾਬਾ, ਵਜਨ ਤਾਲ ਮਰਦੰਗ ਰਬਾਬਾ, ਪਿਆਰੇ ਜੀ ਘਰ ਘਰ ਬਾਬਾ ਗਾਵੀਐ, ਪਿਆਰੇ ਜੀ ਘਰ ਘਰ ਬਾਬਾ ਗਾਵੀਐ, ਪਿਆਰੇ ਜੀ ਗੱਜ ਕੇ ਬੋਲਿਆ ਕਰੋ ਸਾਰੇ। ਪਿਆਰੇ ਜੀ ਘਰ ਘਰ ਵਜਨ ਤਾਲ ਮਰਦੰਗ ਰਬਾਬਾ, ਵਜਨ ਤਾਲ ਮਰਦੰਗ ਰਬਾਬਾ, ਵਜਨ ਤਾਲ ਮਰਦੰਗ, ਤਾਲ ਮਰਦੰਗ ਰਬਾਬਾ, ਵਜਨ ਤਾਲ ਮਰਦੰਗ, ਤਾਲ ਮਰਦੰਗ, ਵਜਨ ਤਾਲ, ਘਰ ਘਰ ਦੇ ਵਿੱਚ ਕਹਿੰਦੇ ਬਾਬੇ ਦੀ ਸਿਫਤ ਹੋਣੀ ਚਾਹੀਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ ਘਰ ਅੰਦਰ ਧਰਮਸਾਲ,
ਹੋਆ ਕੀਰਤਨ ਸਦਾ ਬਸੂਆ। ਘਰ ਘਰ ਦੇ ਅੰਦਰ ਕਹਿੰਦੇ ਗੁਰੂ ਨਾਨਕ ਦੀ ਸਿਪ ਧੋਣੀ ਚਾਹੀਦੀ ਹੈ, ਘਰ ਘਰ ਦੇ ਅੰਦਰ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਘਰ ਘਰ ਅੰਦਰ ਧਰਮਸਾਲ ਹੋਆ ਕੀਰਤਨ ਸਦਾ ਬਸੂਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਕਲ ਕਹਿੰਦੇ ਨੇ ਭਿਆਨਕ ਸਮੇਂ ਨੂੰ, ਕਲ ਇਸੇ ਭਿਆਨਕ ਸਮੇਂ ਦੇ ਵਿੱਚ ਗੁਰਮੁਖ ਦਾ ਪ੍ਰਕਾਸ਼ ਹੋਇਆ। ਗੁਰਮੁਖ ਪਿਆਰੇ ਜਦੋਂ ਪ੍ਰਕਾਸ਼ ਹੋਇਆ ਨਾ, ਸਭ ਤੋਂ ਪਹਿਲਾਂ ਦਰਸ਼ਨ ਗੁਰੂ ਨਾਨਕ ਸਾਹਿਬ ਦੇ ਦਾਈ ਦੌਲਤਾਂ ਨੇ ਕੀਤੇ, ਦਾਈ ਦੌਲਤਾਂ ਨੇ ਦਰਸ਼ਨ ਦੀਦਾਰ ਕੀਤੇ ਸਭ ਤੋਂ ਪਹਿਲਾਂ। ਨਿਹਾਲ ਹੋ ਗਿਆ ਮਨ ਨਦਰੀ ਨਦਰ ਨਿਹਾਲ ਹੋਇਆ। ਫਿਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਪੰਡਿਤ ਹਰਦਿਆਲ ਜੀ ਨੇ ਕੀਤੇ, ਜਿਨ੍ਹਾਂ ਨੇ ਜਨਮ ਪੱਤਰੀ ਲਿਖੀ। ਮੈਂ ਸੰਖੇਪ ਦੇ ਵਿੱਚ ਬੇਨਤੀ ਕਰਦਾ ਜਾਵਾਂ, ਆਪਾਂ ਜਿਹੜਾ ਇਤਿਹਾਸ ਵਾਚਣਾ ਨਾ, ਜਨਮ ਦੇ ਪ੍ਰਤੀ ਸਾਰਾ ਕੁਝ ਆਪਾਂ ਜਾਣਦੇ ਹਾਂ, ਆਪਾਂ ਇਤਿਹਾਸ ਵਾਚਣਾ ਹੈ ਗੁਰੂ ਨਾਨਕ ਸਾਹਿਬ ਜੀ ਜਦੋਂ ਮੱਕੇ ਮਦੀਨੇ ਦੀ ਸੈਰ ਕਰਕੇ ਵਾਪਸ ਬਗਦਾਦ ਹੁੰਦੇ ਹੋਏ ਹਸਨ ਉਬਦਾਲ ਦੇ ਵਿੱਚ ਆਏ, ਅਤੇ ਸਾਧ ਸੰਗਤ ਪੰਡਿਤ ਹਰਦਿਆਲ ਨੇ ਦਰਸ਼ਨ ਕੀਤੇ, ਜਨਮ ਪੱਤਰੀ ਲਿਖੀ ਗੁਰੂ ਨਾਨਕ ਸਾਹਿਬ ਦੀ। ਮਹਿਤਾ ਕਾਲੂ ਕਹਿੰਦੇ ਨਾਂ ਰੱਖੋ, ਸਿਰ ਹਿਲਾ ਦਿੱਤਾ ਮਹਾਰਾਜ ਕਹਿੰਦੇ, ਪੰਡਿਤ ਹਰਦਿਆਲ ਜੀ ਕਹਿੰਦੇ ਨਹੀਂ ਇਹਦਾ ਨਾਂ ਅਜੇ ਨਹੀਂ, ਵਿਚਾਰ ਕਰਕੇ ਰੱਖਾਂਗਾ, ਸੋਚ ਕੇ ਰੱਖਾਂਗਾ ਨਾਮ ਮੈਂ। 13 ਦਿਨ ਵਿਚਾਰ ਕਰਦਾ ਰਿਹਾ ਪੰਡਿਤ ਹਰਦਿਆਲ, ਦਿਨ ਰਾਤ ਸੋਚਦਾ ਰਿਹਾ। 13ਵੇਂ ਦਿਨ ਆ ਕੇ ਗੁਰੂ ਨਾਨਕ ਸਾਹਿਬ ਨੂੰ ਨਾਲੇ ਚੋਲਾ ਪਹਿਨਾਇਆ ਅਤੇ ਨਾਲੇ ਨਾਮ ਰੱਖਿਆ ਨਾਨਕ ਨਿਰੰਕਾਰੀ, ਨਾਂ ਰੱਖਿਆ, ਨਾਲੇ ਦਰਸ਼ਨ ਕੀਤੇ, ਨਿਹਾਲ ਹੋ ਗਿਆ। ਅਤੇ ਇਸੇ ਤਰ੍ਹਾਂ ਸਾਧ ਸੰਗਤ ਸਮਾਂ ਲੰਘਦਾ ਗਿਆ, ਗੁਰੂ ਨਾਨਕ ਸਾਹਿਬ ਨੇ ਵੇਖਦੇ ਆਪਾਂ ਇਤਿਹਾਸ ਪੜ੍ਹਦੇ ਹਾਂ, ਸੱਚਾ ਸੌਦਾ ਕੀਤਾ, ਡੰਗਰ ਮੱਝਾਂ ਚਾਰੀਆਂ, ਕਿਵੇਂ ਸੱਪ ਨੇ ਸਾਇਆ ਕੀਤੀ, ਇਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ। ਆਓ ਪਿਆਰਿਓ, ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਦਿਨ ਮਰਦਾਨੇ ਦੇ ਨਾਲ ਵਿਚਾਰਾਂ ਕਰਦੇ ਨੇ, ਗੋਸ਼ਟ ਕਰ ਰਹੇ ਨੇ, ਹਾਜੀ ਲੋਕ ਮੱਕੇ ਨੂੰ ਜਾਂਦੇ ਪਏ ਨੇ, ਹਾਜੀ ਲੋਕ ਮੱਕੇ ਵੱਲ ਜਾ ਰਹੇ ਨੇ, ਹਾਜੀ ਲੋਕ ਹਾਜੀਆਂ ਨੂੰ ਵੇਖ ਕਰਕੇ ਨਾ। ਭਾਈ ਮਰਦਾਨਾ ਜੀ ਕਹਿੰਦੇ ਨੇ ਗੁਰੂ ਬਾਬਾ ਜੀ ਨੂੰ, ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰ ਦਿਓ, ਮੇਰਾ ਵੀ ਮਨ ਕਰਦਾ ਮੈਂ ਵੀ ਮੱਕੇ ਜਾ ਕੇ ਹੱਜ ਕਰਕੇ ਆਵਾਂ। ਬੋਲੋ ਸਤਨਾਮ, ਮੈਂ ਵੀ ਹੱਜ ਕਰਕੇ ਆਵਾਂ। ਇੱਥੇ ਇੱਕ ਉਦਾਹਰਨ ਆ, ਇੱਕ ਐਗਜੈਂਪਲ ਆ, ਮੇਰਾ ਖਿਆਲ ਆ ਮੈਂ ਕਈ ਵਾਰ ਆਪ ਜੀ ਦੇ ਨਾਲ ਅੱਗੇ ਵੀ ਸਾਂਝੀ ਕੀਤੀ ਇਹ ਬੇਨਤੀ। ਜਿਹੜੇ ਮੱਕੇ ਨੂੰ ਜਾਂਦੇ ਨੇ ਨਾ ਲੋਕ ਹੱਜ ਕਰਨ, ਉੱਥੇ ਇੱਕ ਬਹੁਤ ਵੱਡੀ ਲੰਬੀ ਕਤਾਰ ਲਾਈ ਜਾਂਦੀ ਹੈ, ਲਾਈਨ ਲਾਈ ਜਾਂਦੀ ਹੈ, ਲਾਈਨ ਲਾਈ ਜਾਂਦੀ ਹੈ। ਅਤੇ ਜਦੋਂ ਹੱਜ ਕਰਨ ਜਿਹੜੇ ਜਾਂਦੇ ਨੇ ਨਾ ਹਾਜੀ ਲੋਕ, ਉਹਨਾਂ ਨੂੰ ਪੁੱਛਿਆ ਜਾਂਦਾ ਪਹਿਲਾਂ, ਹੱਜ ਕਰਨ ਆਇਆ ਬਈ, ਮੱਕੇ ਦਾ ਹੱਜ ਕਰਨ ਵਾਸਤੇ ਆਇਆ ਨਾ? ਕਹਿੰਦਾ ਮੈਂ ਹੱਜ ਕਰਨ ਵਾਸਤੇ ਆਇਆ। ਪੁੱਛਦੇ ਨੇ, ਘਰ ਦੇ ਵਿੱਚ ਕੋਈ ਬਜ਼ੁਰਗ ਤਾਂ ਨਹੀਂ, ਬੁੱਢੇ ਮਾਂ ਬਾਪ ਤਾਂ ਨਹੀਂ ਹੈ,
ਅਤੇ ਸਾਧ ਸੰਗਤ ਜਿਹੜਾ ਕਹਿੰਦਾ ਮੇਰੇ ਪਿੱਛੇ ਬਜ਼ੁਰਗ ਹੈਗੇ ਨੇ, ਮਾਂ ਬਾਪ ਹੈਗੇ ਨੇ, ਉਹਨੂੰ ਕਹਿੰਦੇ ਨੇ ਕਤਾਰ 'ਚੋਂ ਬਾਹਰ ਹੋ, ਤੇਰਾ ਮੱਕਾ ਤੇਰੇ ਘਰ ਹੈ, ਬੋਲੋ ਸਤਨਾਮ, ਤੇਰਾ ਮੱਕਾ ਤੇਰੇ ਘਰ ਹੈ। ਇਹ ਮੁਸਲਮਾਨ ਮਤ ਦਾ ਸਾਧ ਸੰਗਤ ਇਹ ਇੱਕ ਨਿਯਮ ਹੈ, ਇੱਕ ਸਿਸਟਮ ਹੈ, ਇੱਕ ਢੰਗ ਹੈ, ਅਤੇ ਕਿਤੇ ਕਿਤੇ ਸਿੱਖਿਆ ਸਾਨੂੰ ਇਸ ਚੀਜ਼ ਤੋਂ ਲੈ ਲੈਣੀ ਚਾਹੀਦੀ ਹੈ, ਬੋਲੋ ਸਤਨਾਮ, ਸਾਨੂੰ ਵੀ ਲੈ ਲੈਣੀ ਚਾਹੀਦੀ ਹੈ। ਕਿਉਂ ਜੇ ਕੋਈ ਚੰਗੀ ਗੱਲ ਹੁੰਦੀ ਹੈ ਨਾ ਕਿਸੇ ਮਤ ਦੇ ਵਿੱਚ, ਉੱਥੋਂ ਕੁਝ ਸਿੱਖ ਲੈਣਾ ਚਾਹੀਦਾ, ਸਿੱਖਣਾ ਜ਼ਰੂਰੀ ਹੈ। ਇਹ ਨਿਯਮ ਹੈ ਮੁਸਲਮਾਨ ਮਤ ਦਾ। ਪਹਿਲਾ ਨਿਯਮ ਤਾਂ ਉਹਨਾਂ ਦਾ ਪੰਜ ਨਵਾਜ਼ਾਂ, ਪੰਜ ਨਵਾਜ਼ੀ ਹੋਣਾ ਚਾਹੀਦਾ, ਪੂਰਾ ਪਰਪੱਕ ਪੰਜ ਨਵਾਜ਼ੀ ਹੀ ਮੱਕੇ ਦਾ ਹੱਜ ਕਰਨ ਵਾਸਤੇ ਜਾਂਦਾ, ਪੰਜ ਨਵਾਜ਼ੀ ਹੈ ਜਿਹੜਾ। ਅਤੇ ਸਾਧ ਸੰਗਤ ਦੂਸਰੇ ਨੰਬਰ 'ਤੇ ਉਹ ਇਹ ਪੁੱਛਦੇ ਨੇ ਵੀ ਭਾਈ ਤੇਰੇ ਘਰ ਬਜ਼ੁਰਗ ਤਾਂ ਨਹੀਂ ਕੋਈ? ਜੇ ਕਹਿੰਦਾ ਮੇਰੇ ਘਰ ਹੈਗਾ, ਕਹਿਣਗੇ ਫਿਰ ਤੇਰਾ ਮੱਕਾ ਘਰ ਹੈ, ਤੂੰ ਜਾ ਬਈ। ਮੱਕੇ ਦਾ ਹੱਜ ਕੇਵਲ ਉਹ ਕਰ ਸਕਦਾ ਜਿਹੜਾ ਘਰ ਦੇ ਵਿੱਚੋਂ ਬੇਫਿਕਰ ਹੈ, ਨਿਰਲੇਪ ਹੈ, ਆਜ਼ਾਦ ਹੈ, ਜਿਹੜਾ ਆਪਾਂ ਕਹਾਂਗੇ ਕਬੀਲਦਾਰੀ ਸਾਂਭੀ ਫਿਰਦਾ ਜਿਹੜਾ, ਉਹ ਜਾਂਦਾ ਫਿਰ ਹੱਜ ਕਰਨ। ਪਿਆਰਿਓ ਮਾਫ ਕਰਨਾ, ਇੱਥੇ ਸਾਡੇ ਕੁਝ ਸਿਸਟਮ ਹੋਰ ਹੀ ਹੋਇਆ ਪਿਆ, ਬੇਨਤੀ ਕਰ ਦੇਵਾਂ, ਸਾਡਾ ਸਿਸਟਮ ਇੱਦਾਂ ਦੀ ਹੈ, ਘਰੇ ਭਾਵੇਂ ਬਾਪੂ ਕਹਿੰਦਾ ਹੋਵੇ ਬਜ਼ੁਰਗ ਹੈ, ਪੁੱਤਰਾ ਘਰ ਬਾਰ ਸਾਂਭਣ ਵਾਲਾ ਕੋਈ ਨਹੀਂ ਹੈ, ਮੈਂ ਬਜ਼ੁਰਗ ਹਾਂ, ਮੈਨੂੰ ਦਵਾਈ ਬੂਟੀ ਕੌਣ ਲਿਆ ਕੇ ਦੇਵੇਗਾ, ਮੈਨੂੰ ਜਲ ਪਾਣੀ ਕੌਣ ਦੇਵੇਗਾ ਸਮੇਂ ਸਿਰ? ਕਹਿੰਦਾ ਬਾਪੂ ਤੂੰ ਆਪਣਾ ਪ੍ਰਬੰਧ ਆਪੇ ਕਰੀ, ਮੈਂ ਤਾਂ ਜਾ ਕੇ ਆਉਣਾ, ਕੋਈ ਕਿਤੇ ਨੂੰ ਤੁਰਿਆ, ਕੋਈ ਕਿਤੇ ਨੂੰ ਤੁਰਿਆ। ਪਿਆਰਿਓ ਗੁਰਮੁਖ, ਪਿਆਰਿਓ ਮੈਂ ਬੇਨਤੀ ਕਰਦਾ ਹੁੰਦਾ, ਜੇ ਘਰ ਦੇ ਵਿੱਚ ਮੱਕਾ ਕਾਬਾ ਨਾ, ਘਰ ਦੇ ਵਿੱਚ ਬੁੱਢੇ ਮਾਂ ਬਾਪ ਹਨ, ਉਹਨਾਂ ਦੀ ਅਤੀ ਸਾਧ ਸੰਗਤ ਗੁਰੂ ਕਿਰਪਾ ਕਰੇ, ਮੱਕਾ ਘਰ ਹੈ। ਆਓ ਗੁਰਮੁਖ ਪਿਆਰਿਓ, ਹੁਣ ਭਾਈ ਮਰਦਾਨਾ ਜੀ ਕਹਿੰਦੇ ਨੇ ਬਾਬਾ ਮੱਕੇ ਨੂੰ ਜਾਣਾ, ਹੱਜ ਕਰੇ ਆਵਾਂ ਮੈਂ ਵੀ। ਮਰਦਾਨੇ ਆ, ਕਿਉਂ ਫਿਕਰ ਕਰਦਾ ਪਏ ਹੈ, ਚੱਲ ਤੈਨੂੰ ਵੀ ਮੱਕੇ ਦਾ ਹੱਜ ਕਰਾ ਕੇ ਲੈ ਕੇ ਆਵਾਂਗੇ, ਅਸੀਂ ਤੇਰੇ ਨਾਲ ਚੱਲਾਂਗੇ। ਬਾਬਾ ਉੱਥੇ ਸਾਡੀ ਮੱਤ ਦੇ ਲੋਕ ਜਾਂਦੇ ਨੇ ਮੱਕੇ ਦਾ ਹੱਜ ਕਰਨ ਵਾਸਤੇ, ਤੂੰ ਤਾਂ ਹਿੰਦੂ ਹੈ, ਲੋਕਾਂ ਨੇ ਉੱਥੇ ਵੜਨ ਨਹੀਂ ਦੇਣਾ ਮੱਕੇ ਦੇ ਵਿੱਚ। ਕਿਉਂ ਗੁਰਮੁਖ ਪਿਆਰਿਓ? ਮੱਕੇ ਦੇ ਵਿੱਚ ਕੇਵਲ ਹੱਜ ਕਰਨ ਵਾਸਤੇ ਮੁਸਲਮਾਨ ਮੱਤ ਦੇ ਲੋਕ ਜਾਂਦੇ ਪਏ ਨੇ, ਪਰ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦੀ ਐਸੀ ਗੂੜੀ ਜਾਰੀ ਸੀ, ਐਸਾ ਗੂੜਾ ਪਿਆਰ ਸੀ, ਕਹਿੰਦੇ ਮਰਦਾਨਿਆਂ ਤੈਨੂੰ ਇਕੱਲਿਆਂ ਨੂੰ ਨਹੀਂ ਜਾਣ ਦੇਣਾ, ਨਾਲ ਲੈ ਕੇ ਜਾਵਾਂਗੇ, ਮੈਂ ਵੀ ਚੱਲਾਂਗਾ ਤੇਰੇ ਨਾਲ, ਐਵੇਂ ਕਿਸੇ ਸਤਪੁਰਸ਼ ਨੇ ਤਾਂਹੀਓ ਕਿਹਾ ਹੈ। ਪੜ੍ਹਿਓ ਪਿਆਰ ਦੇ ਨਾਲ, ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ, ਮਾਹੀ ਦੇ ਦੋ ਸਾਥੀ, ਮਾਹੀ ਦੇ ਦੋ ਸਾਥੀ, ਇੱਕ ਤਾਰ ਪਿਆ ਫੇਰੇ, ਦੂਜੇ ਹੱਥ ਚੌਰ ਫੱਬੇ, ਇੱਕ ਤਾਰ ਪਿਆ ਫੇਰੇ,
ਇੱਕ ਤੇ ਚੌਰ ਫੱਬੇ ਇੱਕ ਤਾਰ ਪਿਆ ਫੇਰੇ ਦੂਜੇ ਹੱਥ ਚੌਰ ਫੱਬੇ ਦੂਜੇ ਹੱਥ ਚੌਰ ਤਾਰ ਪਿਆ ਫੇਰੇ ਦੂਜੇ ਹੱਥ ਇੱਕ ਤਾਰ ਪਿਆ ਫੇਰੇ ਦੂਜੇ ਹੱਥ ਚੌਰ ਫੱਬੇ ਇੱਕ ਤਾਰ ਪਿਆ ਫੇਰ ਦੂਜੇ ਹੱਥ ਚੌਰ ਫੱਬੇ ਇੱਕ ਦੂਜੇ ਦੂਜੇ ਹੱਥ ਚੌਰ ਫੱਬੇ ਇੱਕ ਤਾਰ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਮੇਰੇ ਮਾਹੀ ਇੱਕ ਗੰਗਾ ਨਹਾਉਣ ਵਾਲਾ ਦੂਜਾ ਮੱਕੇ ਦਾ ਪੁਜਾਰੀ ਇੱਕ ਗੰਗਾ ਨਹਾਉਣ ਵਾਲਾ ਦੂਜਾ ਮੱਕੇ ਦਾ ਪੁਜਾਰੀ ਇੱਕ ਗੰਗਾ ਨਹਾਉਣ ਵਾਲਾ ਇੱਕ ਗੰਗਾ ਨਹਾਉਣ ਵਾਲਾ ਇੱਕ ਗੰਗਾ ਨਹਾਉਣ ਵਾਲਾ ਦੂਜਾ ਮੱਕੇ ਦਾ ਪੁਜਾਰੀ ਇੱਕ ਗੰਗਾ ਐਸੀ ਮੁੱਢ ਤੋਂ ਦੁਨਾਂਦੀ ਮੇਰੇ ਬਾਬੇ ਨਾਲ ਜਾਰੀ ਐਸੀ ਮੁੱਢ ਤੋਂ ਦੁਨਾਂਦੀ ਸੱਚੇ ਪਾਤਸ਼ਾਹ ਨਾ ਜਾਰੀ ਮੁੱਢ ਤੋਂ ਦੋਨਾਂ ਦੀ ਸੱਚੇ ਪਾਤਸ਼ਾਹ ਨਾ ਜਾਰੀ ਐਸੀ ਮੁੱਢ ਤੋਂ ਸੱਚੇ ਪਾਤ ਇੱਕ ਤਾਰ ਪਿਆ ਫੇਰੇ ਦੂਜੇ ਹੱਥ ਚੌਰ ਫੱਬੇ ਇੱਕ ਤਾਰ ਪਿਆ ਦੂਜੇ ਹੱਥ ਚੌਰ ਫੱਬੇ ਇੱਕ ਤਾਰ ਪਿਆ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਫੇਰੇ ਦੂਜੇ ਹੱਥ ਚੌਰ ਫੱਬੇ ਇੱਕ ਮੱਕੇ ਦਾ ਪੁਜਾਰੀ ਇੱਕ ਗੰਗਾ ਨਹਾਉਣ ਵਾਲਾ ਦੂਜਾ ਮੱਕੇ ਦਾ ਪੁਜਾਰੀ ਐਸੀ ਮੁੱਢ ਤੋਂ ਦੋਨਾਂ ਦੀ ਸੱਚੇ ਪਾਤਸ਼ਾਹ ਨਾਲ ਜਾਰੀ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਆ ਇਕੱਲੇ ਨੂੰ ਥੋੜ੍ਹਾ ਜਾਣ ਦੇਣਾ ਬਈ ਇੰਜ ਨਹੀਂ ਜੇ ਹੋਣਾ ਅਸਾਂ ਵੀ ਤੇਰੇ ਨਾਲ ਮੱਕੇ ਦਾ ਹੱਜ ਕਰਕੇ ਆਵਾਂਗੇ ਬੋਲੋ ਸਤਨਾਮ ਅਸਾਂ ਚੱਲਾਂਗੇ ਤੇਰੇ ਨਾਲ ਜਿਹਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਬਾਬਾ ਫਿਰ ਮੱਕੇ ਗਿਆ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਗਿਆ ਫਿਰ ਮੱਕੇ ਨੂੰ ਹੁਣ ਪਿਆਰਿਓ ਕਹਿੰਦੇ ਫਿਰ ਜਿੱਦਾਂ ਦੇ ਦੇਸ਼ ਵਿੱਚ ਜਾਣਾ ਅਤੇ ਬੇਸ ਉੱਦਾਂ ਦਾ ਹੀ ਬਣਾਉਣਾ ਪੈਂਦਾ ਬੋਲੋ ਸਤਨਾਮ
ਹੁਣ ਸੱਚਮੁੱਚ ਬਾਬੇ ਨੇ ਵੀ ਹਾਜੀਆਂ ਵਾਲਾ ਵੇਸ ਬਣਾਇਆ ਬਈ। ਬਾਬੇ ਨੇ ਮੱਕੇ ਜਾਣ ਵਾਸਤੇ ਹਾਜੀਆਂ ਵਾਲਾ ਵੇਸ ਬਣਾ ਲਿਆ। ਕਿਉਂ ਬਣਾਉਣਾ ਪਿਆ? ਬਾਬਾ ਮੱਕੇ ਦਾ ਹੱਜ ਕਰਨ ਥੋੜ੍ਹੀ ਚੱਲਿਆ ਸੀ। ਹੁਣ ਜੇ ਬਾਬੇ ਨੇ ਬੇਸ ਉੱਦਾਂ ਦਾ ਬਣਾ ਲਿਆ, ਬਾਬਾ ਹੁਣ ਹਾਜੀ ਥੋੜ੍ਹੀ ਬਣ ਗਿਆ, ਮੁਸਲਮਾਨ ਥੋੜ੍ਹੀ ਬਣ ਗਿਆ। ਹੁਣ ਜਿੱਥੇ ਜਾਣਾ ਪੈਂਦਾ ਜਾਣਾ ਨਾ, ਉੱਥੇ ਉੱਦਾਂ ਦਾ ਬਣਨਾ ਤਾਂ ਪੈਣਾ ਹੀ ਹੈ, ਬਣਨਾ ਤਾਂ ਪੈਣਾ ਨਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੇ ਕਾਜੀ ਦੇ ਨਾਲ ਨਵਾਜ਼ ਪੜ੍ਹੀ, ਕਿਤੇ ਮੁੱਲਾ ਨਾਲ ਨਵਾਜ਼ ਪੜ੍ਹੀ, ਹੁਣ ਨਵਾਜ਼ ਪੜ੍ਹੀ ਤਾਂ ਮੁਸਲਮਾਨ ਥੋੜ੍ਹੀ ਬਣ ਗਿਆ? ਨਹੀਂ ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਫਿਰ ਮੱਕੇ ਗਿਆ, ਬੇਸ ਕਿੱਦਾਂ ਦਾ ਬਣਾ ਲਿਆ? ਨੀਲ ਬਸਤਰ ਧਾਰੇ ਬਨ ਬਾਰੀ, ਹਾਜੀਆਂ ਵਾਲਾ ਬੇਸ ਧਾਰਨ ਕਰ ਲਿਆ। ਬੇਸ ਕਿੱਦਾਂ ਦਾ ਹੁੰਦਾ? ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮਛੱਲਾ ਧਾਰੀ। ਮਛੱਲਾ ਧਾਰੀ ਬਣ ਕੇ ਹੱਥ ਦੇ ਵਿੱਚ ਕਿਤਾਬ, ਹੱਥ ਦੇ ਵਿੱਚ ਕਾਸਾ ਕਿਤਾਬ ਫੜ ਲਈ। ਕਾਜੀਆਂ ਦੇ ਵਾਂਗ ਬਾਬਾ ਨਾਨਕ ਭਾਈ ਮਰਦਾਨਾ ਜੀ ਦੇ ਨਾਲ ਚੱਲ ਪਿਆ। ਕਹਿੰਦੇ ਨੇ ਪੈਂਡਾ ਤੈਅ ਕਰਦੇ ਹੋਏ ਕਿੱਥੇ ਪਹੁੰਚ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ? ਪਿਆਰੇ ਜੀ, ਪਿਆਰੇ ਓ, ਮਸੀਤ ਵਿੱਚ ਬਾਬਾ ਬਹਿ ਗਿਆ। ਪਿਆਰੇ ਜੀ, ਮਸੀਤ ਵਿੱਚ ਬਾਬਾ ਬਹਿ ਗਿਆ। ਪਿਆਰੇ ਜੀ, ਮਸੀਤ ਵਿੱਚ ਬਾਬਾ ਬਹਿ ਗਿਆ। ਕਿੱਥੇ ਹਾਜੀਆਂ ਨੇ ਹੱਜ ਹੈ ਗੁਜ਼ਾਰੀ, ਹਾਜੀਆਂ ਨੇ ਹੱਜ ਹੈ ਗੁਜ਼ਾਰੀ। ਮਸੀਤ ਵਿੱਚ ਬਾਬਾ ਬਹਿ ਗਿਆ। ਕਿੱਥੇ ਹਾਜੀਆਂ ਨੇ ਹੱਜ ਹੈ ਗੁਜ਼ਾਰੀ, ਮਸੀਤ ਵਿੱਚ ਬਾਬਾ ਬਹਿ ਗਿਆ। ਜਿੱਥੇ ਹਾਜੀਆਂ ਨੇ ਮਸੀਤ ਵਿੱਚ ਬਾਬਾ, ਮਸੀਤ ਵਿੱਚ ਬਾਬਾ, ਜਿੱਥੇ ਹਾਜੀਆਂ ਨੇ ਮਸੀਤ ਵਿੱਚ ਬਾਬਾ ਵੈ। ਬਾਬਾ ਜਾਏ ਮਸੀਤ ਵਿੱਚ ਬੈਠਾ, ਕਹਿੰਦੇ ਭਾਅ ਜੀ, ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਬੈਠਾ ਜਾਏ ਮਸੀਤ ਵਿੱਚ। ਬਾਬਾ ਮਸੀਤ ਦੇ ਵਿੱਚ ਜਾ ਕੇ ਬੈਠ ਗਿਆ, ਜਿੱਥੇ ਹਾਜੀ ਲੋਕ ਆਪਣੀ ਨਵਾਜ਼ ਗੁਜ਼ਾਰਦੇ ਨੇ, ਅਦਾ ਕਰਦੇ ਹਨ, ਭਾਵ ਕਿ ਖੁਦਾ ਦਾ, ਅੱਲਾ ਦਾ, ਉਸ ਪਰਮੇਸ਼ਰ ਦਾ ਨਾਂ ਲੈਂਦੇ ਨੇ।
ਬੈਠਾ ਜਾਵੇ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਿੱਥੇ ਹਾਜੀ ਲੋਕ ਹੱਜ ਕਰਦੇ ਨੇ ਨਾ ਬਾਬਾ, ਉੱਥੇ ਜਾ ਕੇ ਨਾਲ ਭਾਈ ਮਰਦਾਨਾ ਜੀ ਹੈ, ਭਾਈ ਬਾਲਾ ਜੀ ਹੈ, ਅਤੇ ਉੱਥੇ ਜਾ ਕੇ ਬਾਬਾ ਬਹਿ ਗਿਆ, ਬੈਠ ਗਿਆ, ਬੈਠਿਆਂ ਨੂੰ ਸੰਧਿਆ ਪੈ ਗਈ, ਸੰਧਿਆ ਪਈ ਅਤੇ ਕਹਿੰਦੇ ਰਾਤ ਹੋ ਗਈ, ਅਤੇ ਫਿਰ ਉੱਥੇ ਹੀ ਸਾਧ ਸੰਗਤ ਬਾਬਾ ਸੁੱਤਾ ਆਇਆ, ਜਾਂ ਬਾਬਾ ਸੁੱਤਾ ਰਾਤ ਨੌ ਬਲ ਮਹਿਰਾ ਬੇ ਪਾਏ ਪਸਾਰੀ, ਉਸ ਮਕਬਰੇ ਵੱਲ, ਉਸ ਕਾਬੇ ਵੱਲ, ਉਸ ਮਸਜਿਦ ਵੱਲ ਬਾਬੇ ਨੇ ਪੈਰ ਕੀਤੇ ਹੋਏ ਨੇ, ਅਤੇ ਹੁਣ ਬਾਬਾ ਜੀ ਸੁੱਤੇ ਪਏ ਹਨ, ਰਾਤ ਹੋ ਗਈ ਅਤੇ ਉੱਥੇ ਹੀ ਸੌਂ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਹੁਣ ਕਹਿੰਦੇ ਨੇ ਜਦੋਂ ਸਮਾਂ ਹੋਇਆ ਪ੍ਰਭਾਤ ਦਾ, ਸਵੇਰ ਵੇਲਾ, ਅੰਮ੍ਰਿਤ ਵੇਲਾ ਕਹਿੰਦੇ ਆ, ਪ੍ਰਭਾਤ ਕਹੀਏ, ਨਵਾਜ਼ ਗੁਜ਼ਾਰਨ ਦਾ, ਇੱਕ ਜੀਵਨ ਨਾਂ ਦਾ ਕਾਜ਼ੀ ਜਦੋਂ ਆਇਆ ਮਸਜਿਦ ਦੇ ਵਿੱਚ, ਮੱਕੇ ਦੇ ਕਾਬੇ ਦੇ ਵਿੱਚ ਆਇਆ, ਵੇਖ ਰਿਹਾ ਕੀ ਵੇਖਦਾ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਆਉਣ ਸਾਰ ਦੇਖਿਆ ਬਾਬੇ ਨੂੰ ਸੁੱਤੇ ਪਏ ਨੂੰ, ਜਦੋਂ ਸੁੱਤੇ ਹੋਏ ਨੂੰ ਵੇਖਿਆ ਨਾ ਕਿ ਖੁਦਾ ਵੱਲ ਪੈਰ ਹਨ, ਮੱਕੇ ਕਾਬੇ ਵੱਲ ਪੈਰ ਕੀਤੇ ਹੋਏ ਨੇ, ਬਾਬਾ ਪਿਆ ਸੁੱਤਾ, ਉਹਨੇ ਆ ਕਰਕੇ ਕ੍ਰੋਧ ਦੇ ਵਿੱਚ ਸਵੇਰੇ ਸਵੇਰੇ ਸੱਚ ਕਰਕੇ ਜਾਣਿਓ ਗੁਰਮੁਖ ਪਿਆਰਿਓ, ਹਰ ਇੱਕ ਦੀ ਆਪਣੀ ਆਪਣੀ ਆਸਥਾ ਹੈ, ਹਰ ਇੱਕ ਦੀ ਆਪਣੀ ਆਪਣੀ ਆਸਥਾ ਹੈ, ਮਨ ਜੁੜਿਆ ਹੋਇਆ, ਕਿਸੇ ਦਾ ਕਿਤੇ ਜੁੜਿਆ, ਕਿਸੇ ਦਾ ਕਿੱਥੇ ਜੁੜਿਆ, ਕਿਸੇ ਦੀ ਕਿਤੇ ਭਾਵਨਾ ਟਿਕੀ ਹੈ, ਕਿਸੇ ਦੀ ਕਿਤੇ ਭਾਵਨਾ ਟਿਕੀ ਹੈ, ਇਹ ਆਪਾਂ ਹਰ ਇੱਕ ਦੇ ਹਿਰਦੇ ਦੀ ਨਹੀਂ ਜੀ ਜਾਣ ਸਕਦੇ। ਹੁਣ ਆਪਣੇ ਇੱਥੇ ਕੋਈ ਆ ਜਾਵੇ, ਕੋਈ ਇੱਦਾਂ ਦੀ ਗੁਰਮਤ ਤੋਂ ਉਲਟ ਇੱਧਰ ਉੱਧਰ ਦੀ ਗੱਲ ਕਰੇ, ਗੁੱਸਾ ਤਾਂ ਆ ਹੀ ਜਾਂਦਾ, ਬੋਲੋ ਸਤਨਾਮ, ਥੋੜ੍ਹਾ ਜਿਹਾ ਕ੍ਰੋਧ ਤਾਂ ਆਉਂਦਾ ਹੀ ਆ ਨਾ। ਹੁਣ ਬਾਬਾ ਸਫ਼ਰ ਦਾ ਪੈਂਡਾ ਤੈਅ ਕੀਤਾ ਹੋਇਆ ਹੋਇਆ ਸੀ, ਬਾਬੇ ਨੂੰ ਨੀਂਦ ਆ ਗਈ, ਗੂੜੀ ਨੀਂਦ ਵਿੱਚ ਸੁੱਤਾ ਪਿਆ, ਕਹਿੰਦੇ ਬਾਬਾ ਆਇਆ, ਕ੍ਰੋਧਵਾਨ ਹੋਇਆ, ਦੇਖਿਆ ਕਹਿੰਦਾ ਕਿਹੜਾ ਮੇਰੇ ਖੁਦਾ ਵੱਲ ਲੱਤਾਂ ਕਰੀ ਪਿਆ, ਆ ਕਰਕੇ ਲੱਤ ਮਾਰੀ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਾਏ ਹੋਏ ਵਿਜਗਾਰੀ, ਬੇਫਿਕਰ ਹੋਵੇ ਪਿਆ, ਖੁਦਾਏ ਵੱਲ ਲੱਤਾਂ ਕੀਤੀਆਂ ਹੋਈਆਂ ਨੇ, ਕਾਫਰ ਹੈ ਤੂੰ, ਤੈਨੂੰ ਪਤਾ ਨਹੀਂ ਇੱਧਰ ਨੂੰ ਖੁਦਾ ਏ, ਇੱਧਰ ਨੂੰ ਰੱਬ ਦਾ ਘਰ ਜੇ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਭਲਿਆ, ਉਹ ਪਿਆਰਿਆ, ਪੈਂਡਾ ਬੜਾ ਤੈਅ ਕਰਕੇ ਆਇਆ ਪੰਜਾਬ ਤੋਂ, ਪਤਾ ਨਹੀਂ ਜੇ ਲੱਗਿਆ, ਥਕਾਵਟ ਦੇ ਕਾਰਨ ਨੀਂਦ ਆ ਗਈ ਜੇ, ਭਾਈ ਨੀਂਦ ਆਈ ਹੋਈ ਹੈ, ਥੱਕਿਆ ਹੋਇਆ ਏ, ਮੈਂ ਕੋਈ ਜਾਣ ਕੇ ਲੱਤਾਂ ਕਰਕੇ ਨਹੀਂ ਸੁੱਤਾ, ਤੈਨੂੰ ਪਤਾ ਨਹੀਂ ਕਹਿੰਦਾ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਵਿਜਗਾਰੀ, ਤੂੰ ਬੇਫਿਕਰ ਹੋਇਆ ਪਿਆ, ਤੈਨੂੰ ਪਤਾ ਹੀ ਨਹੀਂ ਵੀ ਇੱਧਰ ਖੁਦਾ ਏ, ਖੁਦਾ ਵੱਲ ਲੱਤਾਂ ਕਰ ਲਈਆਂ ਤੈਂ, ਜੀਵਨ ਕਹਿੰਦਾ। ਹੁਣ ਬਾਬਾ ਜੀ ਉਹਨੂੰ ਪਿਆਰ ਦੇ ਨਾਲ ਕਹਿੰਦੇ ਨੇ, ਪਿਆਰਿਆ ਇੰਜ ਕਰ ਫਿਰ, ਜਿੱਧਰ ਖੁਦਾ ਦਾ ਘਰ ਨਹੀਂ ਨਾ ਹੈ, ਜਿੱਧਰ ਤੈਨੂੰ ਲੱਗਦਾ ਵੀ ਇੱਧਰ ਮੇਰਾ ਰੱਬ ਨਹੀਂ, ਇੱਧਰ ਮੇਰਾ ਖੁਦਾ ਨਹੀਂ, ਤੂੰ ਕਿਰਪਾ ਕਰਕੇ ਮੇਰੀਆਂ ਲੱਤਾਂ ਫੜ ਕੇ ਉੱਧਰ ਨੂੰ ਕਰ ਦੇ। ਬੋਲੋ ਸਤਨਾਮ। ਕੀ ਕਹਿੰਦੇ ਨੇ ਬਾਬਾ ਜੀ,
ਜਿਹੜੇ ਪਾਸੇ ਨਹੀਂ ਖੁਦਾ ਦਾ ਘਰ ਤੇਰਾ, ਤੂੰ ਮੰਨਦਾ ਨਾ ਮੇਰਾ ਖੁਦਾ ਏ, ਮੇਰਾ ਅੱਲਾ ਏ, ਮੇਰਾ ਗੋਡ ਹੈ, ਮੇਰਾ ਖੁਦਾ ਏ ਇੱਧਰ, ਜਿੱਧਰ ਤੇਰਾ ਨਹੀਂ ਖੁਦਾ ਉੱਧਰ ਮੇਰੀਆਂ ਲੱਤਾਂ ਕਰਦੇ, ਬਾਬਾ ਜੀ ਕਹਿੰਦੇ ਨੇ। ਜਿਹੜੇ ਪਾਸੇ ਨਹੀਂ ਖੁਦਾ ਦਾ ਘਰ ਤੇਰਾ, ਉੱਧਰ ਨੂੰ ਪੈਰ ਕਰ ਦੇ। ਜਿਹੜੇ ਪਾਸੇ ਨਹੀਂ ਖੁਦਾ ਦਾ ਘਰ ਤੇਰਾ, ਉੱਧਰ ਨੂੰ ਪੈਰ ਕਰ ਦੇ। ਜਿਹੜੇ ਪਾਸੇ ਨਹੀਂ, ਉੱਧਰ ਨੂੰ ਪੈਰ, ਕਾਜੀ ਜੀ ਉੱਧਰ ਨੂੰ ਪੈਰ ਕਰ ਦੇ, ਮੁੱਲਾ ਜੀ ਉੱਧਰ ਨੂੰ ਪੈਰ ਕਰ ਦੇ। ਪਿਆਰਿਆ ਬਾਬਾ ਕਹਿੰਦਾ ਜਿੱਧਰ ਖੁਦਾ ਨਹੀਂ ਜੇ, ਗੁੱਸੇ ਕਿਉਂ ਨਾ, ਕਿਉਂ ਕ੍ਰੋਧਵਾਨ ਹੋ ਰਹੇ ਹੈ ਮੁੱਲਾ ਜੀ, ਕਾਜੀ ਜੀ, ਜਿੱਧਰ ਨਹੀਂ ਖੁਦਾ ਦਾ ਘਰ ਤੂੰ ਉੱਧਰ ਪੈਰ ਕਰ ਦੇ। ਪਰ ਉਹ ਕ੍ਰੋਧਵਾਨ ਹੋਇਆ ਹੋਇਆ ਜੀਵਨ, ਜੀਵਨ ਨਾਮ ਦਾ ਕਾਜੀ, ਅਤੇ ਬਾਬੇ ਦੀਆਂ ਲੱਤਾਂ ਫੜੀਆਂ, ਕਹਿੰਦੇ ਨੇ ਟੰਗੋਂ ਪਾਕੜ ਘਸੀਟੇ ਆ, ਭਾਈ ਗੁਰਦਾਸ ਜੀ ਕਹਿੰਦੇ ਲੱਤਾਂ ਤੋਂ ਫੜਿਆ, ਕ੍ਰੋਧਵਾਨ ਹੋਇਆ ਹੋਇਆ, ਟੰਗੋਂ ਪਾਕੜ ਘਸੀਟੇ ਆ, ਫਿਰਿਆ ਮੱਕਾ ਕਲਾ ਦਿਖਾਰੀ। ਭਾਈ ਗੁਰਦਾਸ ਜੀ ਕਹਿੰਦੇ ਨੇ ਹੁਣ ਉਹ ਜਿੱਧਰ ਜਿੱਧਰ ਨੂੰ ਕਰਦਾ ਨਾ ਬਾਬੇ ਦੀਆਂ ਲੱਤਾਂ ਘੁਮਾ ਰਹੇ ਆ, ਉਹ ਵੇਖਦਾ ਉੱਧਰ ਹੀ ਉਹਦਾ ਕਾਬਾ ਏ, ਉੱਧਰ ਹੀ ਉਹਦੀ ਮਸੀਤ ਹੈ। ਹੋਏ ਹੈਰਾਨ ਕਰੇਨ ਜੋਹਾਰੀ, ਕਹਿੰਦੇ ਇਹ ਤਾਂ ਕੋਈ ਜਾਦੂਗਰ ਹੈ, ਇਹ ਤਾਂ ਕੋਈ ਕੌਤਕੀ ਹੈ। ਅਤੇ ਸਾਧ ਸੰਗਤ ਫਿਰ ਸਾਰੇ ਨਾ ਕਾਜੀ ਮੁੱਲਾਂ ਇਕੱਠੇ ਹੋ ਗਏ, ਸਾਰੇ ਇਕੱਠੇ ਹੋ ਕਰਕੇ ਨਾ ਜਦੋਂ ਇਹ ਬਾਬੇ ਦੀ ਜਾਰੀ ਕਲਾ ਵੇਖੀ ਉਹਨਾਂ ਨੇ, ਫਿਰ ਕਹਿੰਦੇ ਨੇ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ। ਇਕੱਠੇ ਹੋ ਕਰਕੇ ਮੱਕੇ ਦੇ ਕਾਜੀ ਸਾਰੇ ਮੁੱਲਾਂ ਬਾਬੇ ਕੋਲ ਆ ਕਰਕੇ ਨਾ ਇਮਾਨ ਦੀ ਗੱਲ ਪੁੱਛ ਰਹੇ ਨੇ, ਇਮਾਨ ਦੀ। ਕਾਜੀ ਮੁੱਲਾਂ ਗੱਲ ਪੁੱਛਣ ਲੱਗੇ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਬਹੁਤ ਵੱਡਾ ਸਾਂਗ ਵਰਤਾ ਦਿੱਤਾ, ਕੌਤਕ ਵਰਤਾ ਦਿੱਤਾ, ਐਡਾ ਵੱਡਾ ਕੌਤਕ ਕਹਿਣਾ ਸੌਖਾ ਏ ਪਿਆਰਿਓ। ਉੱਤੇ ਗੁਰੂ ਨਾਨਕ ਸੀ, ਕੀ ਨਹੀਂ ਕਰ ਸਕਦੇ। ਉਹਨਾਂ ਨੇ ਤਾਂ ਜਾ ਕੇ ਸਾਧ ਸੰਗਤ ਜਗਨਨਾਥ ਪੁਰੀ ਦੇ ਪੰਡਤਾਂ ਨੂੰ ਚੈਲੰਜ ਕਰਤਾ,
ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਹਿੰਦੇ ਕਿਹਦੀਆਂ ਆਰਤੀਆਂ ਉਚਾਰਦੇ ਹੋ ਤੁਸੀਂ? ਉਹ ਕਹਿੰਦੇ ਭਗਵਾਨ ਦੀਆਂ। ਕਹਿੰਦੇ ਭਗਵਾਨ ਬਣਾ ਕੇ ਫਿੱਟ ਨਹੀਂ ਕੀਤਾ ਜਾ ਸਕਦਾ, ਥਾਪਿਆ ਨਾ ਜਾਏ, ਕੀਤਾ ਨਾ ਹੋਈ, ਆਪੇ ਆਪ ਨਿਰੰਜਨ ਸੋਈ। ਕਿਹੜੇ ਭਗਵਾਨ ਦੀਆਂ ਆਰਤੀਆਂ ਕਰਦੇ ਹੋ ਤੁਸੀਂ? ਭਗਵਾਨ ਵੀ ਬਣਾਇਆ ਜਾ ਸਕਦਾ ਕਦੇ? ਭਗਵਾਨ ਨੇ ਤਾਂ ਸਗੋਂ ਸਾਨੂੰ ਬਣਾਇਆ। ਇਹ ਬੋਲੋ ਸਤਨਾਮ, ਉਹ ਤਾਂ ਆਪਣੇ ਆਪ ਤੋਂ ਪੈਦਾ ਹੋਇਆ ਹੋਇਆ। ਉਹਨਾਂ ਨੇ ਤਾਂ ਜਾ ਕਰਕੇ ਹਰਿਦੁਆਰ ਪੰਡਤਾਂ ਨੂੰ ਚੈਲੰਜ ਕਰ ਦਿੱਤਾ, ਭਾਵ ਕਿ ਜਿੱਥੇ ਜਿੱਥੇ ਗੁਰੂ ਨਾਨਕ ਗਏ ਹਰ ਇੱਕ ਨੂੰ ਝੁਕਣਾ ਪੈ ਗਿਆ। ਬੋਲੋ ਸਤਨਾਮ, ਹਰ ਇੱਕ ਗੁਰੂ ਨਾਨਕ ਦੇ ਅੱਗੇ ਝੁਕਿਆ। ਇੱਥੇ ਬਾਬਰ ਵਰਗੇ ਝੁੱਕ ਗਏ, ਬਾਬਰ ਵਰਗਿਆਂ ਨੂੰ ਗੁਰੂ ਨਾਨਕ ਦੇ ਸਿੱਖ ਬਣਨਾ ਪਿਆ, ਮਲਕ ਭਾਗੋ ਵਰਗਿਆਂ ਨੂੰ ਗੁਰੂ ਨਾਨਕ ਦੇ ਸਿੱਖ ਬਣਨਾ ਪਿਆ। ਪਿਆਰਿਓ, ਕੌਣ ਨਹੀਂ ਗੁਰੂ ਨਾਨਕ ਦੇ ਦਰ 'ਤੇ ਝੁਕਿਆ? ਹਰ ਇੱਕ ਨੂੰ ਝੁਕਣਾ ਪਿਆ। ਦੁਨੀ ਚੰਦ ਸੇਠ ਵਰਗੇ ਗੁਰੂ ਨਾਨਕ ਦੇ ਦਰ 'ਤੇ ਝੁੱਕ ਗਏ, ਭਾਈ ਸੱਜਣ ਵਰਗੇ ਝੁੱਕ ਗਏ, ਕੌਡੇ ਵਰਗੇ ਝੁੱਕ ਗਏ ਗੁਰੂ ਨਾਨਕ ਦੇ ਦਰ 'ਤੇ। ਹੁਣ ਕਾਜੀ ਮੁੱਲਾਂ ਕਹਿੰਦੇ ਨੇ ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ। ਇਹ ਤਾਂ ਵੱਡਾ ਸਾਂਗ ਵਰਤਾ ਦਿੱਤਾ, ਪਸਾਰਾ ਵਰਤਾ ਦਿੱਤਾ, ਮਾਇਆ ਇਹ ਅੰਤ ਨਹੀਂ ਪਾਇਆ ਜਾ ਸਕਦਾ, ਐਸੀ ਕੁਦਰਤ ਹੈ। ਹੁਣ ਕਹਿੰਦੇ ਨੇ ਇਹ ਸਾਂਗ ਤਾਂ ਵਰਤਾਇਆ, ਹੁਣ ਮਨ ਦੇ ਵਿੱਚ ਸ਼ੰਕਾ ਜੀ ਹੋ ਗਈ, ਹੈ ਕੌਣ ਹੈ ਇਹ? ਤਾਂ ਕੋਈ ਕੌਤਕੀ ਹੈ, ਅਤੇ ਕੋਈ ਜਾਦੂਗਰ ਲੱਗਦਾ ਜੇ। ਹੁਣ ਆਪਣੀ ਨਾ ਕਿਤਾਬ ਖੋਲ੍ਹ ਲਈ, ਜਿਹੜੀ ਕੱਛ ਦੇ ਵਿੱਚ ਦੇ ਕੇ ਲੈ ਕੇ ਜਾਂਦੇ ਨੇ ਨਾ ਹੱਜ ਕਰਨ ਵਾਸਤੇ, ਕਿਤਾਬ ਖੋਲ੍ਹੀ ਉਹਨਾਂ ਨੇ। ਪੁੱਛਣ ਫੋਲ ਕਿਤਾਬ ਨੋ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਹੁਣ ਬਾਬਾ ਦੱਸ, ਆਪਣੀ ਖੋਲ੍ਹੀ ਉਹਨਾਂ ਨੇ ਕਿਤਾਬ, ਬਾਬਾ ਦੱਸ ਹਿੰਦੂ ਵੱਡਾ ਕਿ ਮੁਸਲਮਾਨ? ਬਾਬਾ ਨਾਨਕ ਕੀ ਕਹਿੰਦਾ ਏ? ਪਿਆਰੇ ਜੀ ਬਾਬਾ ਆਖ ਹਾਜੀਆਂ ਨੂੰ, ਪਿਆਰਿਓ ਬਾਬਾ ਆਖ ਹਾਜੀਆਂ ਨੂੰ, ਪਿਆਰੇ ਜੀ ਬਾਬਾ ਆਖ ਸੁਭ ਅਮਲਾ ਬਾਜੋ ਦੋਨੋ ਰੋਈ, ਸੁਭ ਅਮਲਾ ਬਾਜੋ ਦੋਨੋ ਰੋਈ, ਸੁਮ ਅਮਲਾ ਬਾਜੋ ਪਿਆਰੇ ਜੀ ਬਾਬਾ ਆਖ ਹਾਜੀਆਂ ਨੂੰ, ਪਿਆਰੇ ਓ ਬਾਬਾ ਆਖ ਹਾਜੀਆਂ ਨੂੰ। ਅਮਲਾ ਬਾਜੋ ਦੋਨੋ ਰੋਈ, ਸੁਭ ਅਮਲਾ ਬਾਜੋ ਦੋਨੋ ਰੋਈ, ਸੁਭ ਅਮਲਾ ਬਾਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਨੇ ਆਪਣੀ ਸਤਿਕਾਰ ਹੈ ਜਿਹੜੀ ਵੀ ਉਹ ਕਿਤਾਬ ਹੈ, ਕੁਰਾਨ ਕਹੀਏ ਉਹਨਾਂ ਜੋ ਵੀ ਹੈ ਉਹਨਾਂ ਦੀ ਮੱਤ ਦਾ ਨਾ, ਉਹਨਾਂ ਨੇ ਖੋਲ੍ਹਿਆ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਨੇ, ਪੁੱਛਣ ਖੋਲ ਕਿਤਾਬ ਨੋ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਮੁਸਲਮਾਨ ਵੱਡਾ ਜਾਂ ਹਿੰਦੂ ਵੱਡਾ?
ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬਾਬਾ ਆਖੇ ਹਾਜੀਆਂ ਸੁਭ ਅਮਲਾਂ ਬਾਝੋਂ ਦੋਨੋਂ ਰੋਈ। ਬਾਬੇ ਨੇ ਗੱਲ ਹੀ ਨਿਬੇੜਤੀ, ਕਹਿੰਦਾ ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਚੰਗੇ ਕੰਮਾਂ ਤੋਂ ਬਿਨਾਂ ਦੋਨੇ ਹੀ ਰੋਂਦੇ ਨੇ। ਬੋਲੋ ਸਤਨਾਮ। ਸੁਭ, ਸੁਭ ਦਾ ਭਾਵ ਚੰਗੇ ਕੰਮ। ਜਿਹੜਾ ਕੋਈ ਚੰਗੇ ਕੰਮ ਨਹੀਂ ਜੇ ਕਰਦਾ ਉਹਦੀ ਜ਼ਿੰਦਗੀ 'ਚ ਰੋਣਾ ਹੀ ਹੈ। ਬੋਲੋ ਸਤਨਾਮ। ਜ਼ਿੰਦਗੀ 'ਚ ਰੋਣਾ ਹੈ, ਰੋਂਦਾ ਕਰਲਾਉਂਦਾ ਠੋਕਰਾ ਖਾਂਦਾ ਇੱਧਰ ਉੱਧਰ ਭਟਕਦਾ ਚੱਲਿਆ ਜਾਂਦਾ। ਮਹਾਰਾਜ ਕਹਿੰਦੇ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲਹਿਨ ਨਾ ਢੋਈ। ਜਿਹੜਾ ਇਸ ਵਾਦ ਵਿਵਾਦ ਦੇ ਵਿੱਚ ਫਸਿਆ ਹੋਇਆ, ਬਾਬਾ ਨਾਨਕ ਕਹਿੰਦਾ ਵੀ ਮੈਂ ਹਿੰਦੂ ਹਾਂ ਮੈਂ ਮੁਸਲਮਾਨ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਢੋਈ ਨਹੀਂ ਜੇ ਮਿਲਦੀ। ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲਹਿਨ ਨਾ ਢੋਈ। ਕਿਉਂ ਪਿਆਰਿਓ? ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਆ ਪਿੰਡ, ਆ ਜਿਹੜੇ ਪ੍ਰਾਨ ਨੇ, ਇਹ ਤਾਂ ਅੱਲਾਹ ਰਾਮ ਨੇ ਦਿੱਤੇ ਨੇ। ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਅੱਲਾਹ ਰਾਮ ਕੇ ਪਿੰਡ ਪ੍ਰਾਨ, ਇਹ ਤਾਂ ਪਰਮੇਸ਼ਰ ਦਾ ਦਿੱਤਾ ਹੋਇਆ ਸਾਰਾ ਕੁਝ ਹੈ। ਆਪਾਂ ਤਾਂ ਇੱਕ ਇਨਸਾਨ ਹਾਂ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਇੱਕ ਹਾਂ ਭਾਈ ਸਾਰੇ। ਇਸ ਕਰਕੇ ਗੁਰਮੁਖ ਪਿਆਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਹੀਂ ਭਾਈ, ਕੱਚਾ ਰੰਗ ਕਸੁੰਭ ਦਾ ਪਾਣੀ ਧੋਤੇ ਥਿਰ ਨਾ ਰਹੋਈ। ਜਿਵੇਂ ਕਹਿੰਦੇ ਕੱਚਾ ਰੰਗ ਹੁੰਦਾ ਨਾ ਕਸੁੰਭੇ ਦਾ, ਕੱਚਾ ਰੰਗ ਕਹਿੰਦੇ ਉਹਨੂੰ ਪਾਣੀ ਨਾਲ ਧੋ ਦੋ ਟੇਕਿਆ ਨਹੀਂ ਰਹਿੰਦਾ। ਇਹੇ ਤਰ੍ਹਾਂ ਆ ਸਾਡੇ ਨਾ ਹਿੰਦੂ ਮਤ ਮੁਸਲਮਾਨ ਇਹ ਇੱਦਾਂ ਦੇ ਰੰਗ ਜੇ ਨੇ ਸਾਡੇ ਉੱਤੇ ਚੜ੍ਹੇ ਹੋਏ। ਬਾਬਾ ਜੀ ਕਹਿੰਦੇ ਇਹ ਵੀ ਇੱਕ ਦਿਨ ਲੈ ਜਾਂਦੇ ਨੇ। ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਹੁਣ ਆਪਣੇ ਵਿੱਚ ਇਹ ਚਰਚਾ ਜੀ ਕਰੀ ਜਾਂਦੇ ਨੇ ਗੁਰੂ ਨਾਨਕ ਸਾਹਿਬ, ਕਹਿੰਦੇ ਲੈ ਵੀ ਇਹਨੇ ਤਾਂ ਹਿੰਦੂ ਮੁਸਲਮਾਨ ਇੱਕ ਥਾਂ ਖੜ੍ਹੇ ਕਰਤੇ। ਗੁਰੂ ਨਾਨਕ ਸਾਹਿਬ ਇੱਕ ਥਾਂ ਖੜ੍ਹੇ ਕਰਤੇ। ਰਾਹ ਸਤਾਨੀ ਦੁਨੀਆ ਗੋਈ, ਕਹਿੰਦੇ ਇਹ ਸਤਾਨੀ ਦੇ ਰਾਹ ਨੇ। ਬਾਬਾ ਨਾਨਕ ਕਹਿੰਦਾ ਇਹ ਸਤਾਨੀ ਦੇ ਰਾਹ ਨੇ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੱਕੇ ਮਦੀਨੇ ਦੇ ਵਿੱਚ ਚਰਚਾ ਕਰਕੇ ਉਹਨਾਂ ਲੋਕਾਂ ਨੂੰ, ਉਹ ਸਾਧ ਸੰਗਤ ਹੰਕਾਰੀ ਲੋਕਾਂ ਨੂੰ ਜਿਹੜੇ ਜਾਤ ਪਾਤ ਦੇ ਵਾਦ ਵਿਵਾਦ ਵਿੱਚ ਫਸੇ ਹੋਏ ਸਨ, ਉਹਨਾਂ ਨੂੰ ਤਾਰ ਕਰਕੇ ਨਾ ਬਗਦਾਦ ਤੋਂ ਹੁੰਦੇ ਹੋਏ, ਬਗਦਾਦ ਦੇ ਵਿੱਚ ਹੁੰਦੇ ਹੋਏ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਜੀ ਹਸਨ ਉਬਦਾਲ ਪਹੁੰਚੇ। ਆਪ ਜੀ ਨੇ ਜਿਹੜੇ ਗਿਆਨਵਾਨ ਨੇ, ਜਿਹੜੇ ਰਿਸਰਚ ਕਰਦੇ ਨੇ ਪੜ੍ਹਦੇ ਨੇ, ਉਹਨਾਂ ਨੇ ਇਹ ਇਤਿਹਾਸ ਸੁਣਿਆ ਹੋਣਾ, ਸਰਵਣ ਕਰਿਆ ਹੋਣਾ। ਹਸਨ ਉਬਦਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਹਸਨ ਉਬਦਾਲ ਦੀਆਂ ਸੰਗਤਾਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜੁੜ ਗਈਆਂ, ਜਿਹੜੀਆਂ ਕਿ ਸੋਮਾ ਰੱਖਿਆ ਹੋਇਆ ਸੀ। ਉਹ ਪਹਾੜੀ ਤੋਂ ਫਿਰ ਪਾਣੀ ਥੱਲੇ ਆਉਂਦਾ ਸੀ, ਸਾਰੇ ਹਸਨ ਉਬਦਾਲ ਦੀਆਂ ਸੰਗਤਾਂ ਉੱਥੋਂ ਪਾਣੀ ਲੈਂਦੀਆਂ ਸਨ, ਵਰਤਦੀਆਂ ਸਨ। ਜਦੋਂ ਹੁਣ ਉਸ ਹੰਕਾਰੀ ਨੇ, ਉਸ ਬਲੀ ਨੇ ਵੇਖਿਆ ਕਿ ਸੰਗਤਾਂ ਅਤੇ ਇਹ ਫਕੀਰ ਕੋਲ ਆਉਣ ਲੱਗ ਪਈਆਂ, ਉਹਨੇ ਉਹਨਾਂ ਦਾ ਜਲ ਬੰਦ ਕਰ ਦਿੱਤਾ, ਪਾਣੀ ਬੰਦ ਕਰ ਦਿੱਤਾ, ਪਾਣੀ ਕਰਤਾ ਬੰਦ। ਹੁਣ ਗੁਰੂ ਨਾਨਕ ਦੇ ਚਰਨਾਂ 'ਚ ਸਾਰੀਆਂ ਸੰਗਤਾਂ ਜੁੜਦੀਆਂ ਨੇ। ਹੁਣ ਜਦੋਂ ਪਾਣੀ ਤੋਂ ਪਰੇਸ਼ਾਨੀ ਆਈ ਨਾ, ਅਤੇ ਸਾਧ ਸੰਗਤ ਗੁਰੂ ਨਾਨਕ ਦੇ ਚਰਨਾਂ 'ਚ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਹਸਨ ਉਬਦਾਲ ਦੀਆਂ ਸੰਗਤਾਂ ਰਹਿਮਤਾਂ ਕਰੋ। ਕੀ ਕਹਿੰਦੀਆਂ ਨੇ? ਹੁਣ ਸਾਈਂ ਜੀ ਆਏ ਹੋ ਨਾ, ਮਿਹਰ ਕਰ ਦਿਓ, ਕਿਰਪਾ ਕਰ ਦਿਓ। ਮੇਰਾ ਦਿਆ ਸਾਈਆਂ
ਮਿਹਰ ਕਰੀ ਮੇਰਾ ਦਿਆ ਸਾਈਆਂ, ਮਿਹਰ ਕਰੀ ਮੇਰਾ ਦਿਆ ਮੇਰਾ ਦਿਆ ਸਾਈਆਂ, ਮਿਹਰ ਕਰੀ ਮੇਰਾ ਦਿਆ ਸਾਈਆਂ, ਮਿਹਰ ਕਰੀ ਮੇਰਾ ਦਿਆ ਸਾਈਆਂ ਮਿਹਰ ਕਰੀ ਮੇਰਾ ਦਿਆ ਸਾਈਆਂ, ਮਿਹਰ ਕਰੀ ਮੇਰਾ ਦਿਆ ਅਸੀਂ ਤੇਰੀ ਮਿਹਰ ਨਾਲ ਤਾਰਨਾ, ਅਸੀਂ ਤੇਰੀ ਮਿਹਰ ਨਾਲ ਤਾਰਨਾ ਜੀ, ਮੇਰਾ ਦਿਆ ਸਾਈਆਂ ਮੇਰਾ ਦਿਆ ਸਾਈਆਂ, ਮਿਹਰ ਕਰੀ ਸਤਿਗੁਰ ਜੀ ਕਿਰਪਾ ਕਰ ਦਿਓ, ਹੁਣ ਮਿਹਰ ਕਰ ਦਿਓ। ਜਦੋਂ ਨਾ ਸੱਚ ਦੀ ਆਵਾਜ਼ ਗੁਰੂ ਨਾਨਕ ਦੀ ਉਹਨਾਂ ਦੇ ਕੰਨਾਂ ਵਿੱਚ ਪੈ ਗਈ, ਹੁਣ ਵਿਸ਼ਵਾਸ ਹੋ ਗਿਆ, ਭਰੋਸਾ ਹੋ ਗਿਆ, ਯਕੀਨ ਹੋ ਗਿਆ ਵੀ ਹੁਣ ਕਿਰਪਾ ਹੋ ਜਾਣੀ ਹੈ, ਰਹਿਮਤ ਹੋ ਜਾਣੀ ਹੈ। ਹੁਣ ਉਹਨੇ ਵੇਖਿਆ, ਕਹਿੰਦੇ ਜਦੋਂ ਬਲੀ ਕੰਧਾਰੀ ਨੇ ਮੇਰੇ ਕੋਲ ਤਾਂ ਰੌਣਕ ਹੀ ਨਹੀਂ, ਹੁਣ ਸਭ ਹਟ ਗਏ, ਆਉਣੋ ਪਾਣੀ ਬੰਦ ਕਰ ਦਿੱਤਾ, ਕਾਬਜ ਹੋਇਆ ਵਿਆ ਸੀ ਨਾ ਪਾਣੀ ਦੇ ਉੱਤੇ, ਕਹਿੰਦਾ ਮੇਰੇ ਕਰਕੇ ਤਾਂ ਇਹ ਜਿਉਂਦੇ ਨੇ। ਕਈ ਵਾਰ ਸਾਧ ਸੰਗਤ ਹੋ ਜਾਂਦਾ, ਮਾੜੀ ਜਿਹੀ ਕਮਾਂਡ ਆ ਜਾਵੇ ਨਾ ਹੱਥ 'ਚੋਂ, ਕਹਿੰਦਾ ਮੈਂ ਪਤਾ ਨਹੀਂ ਕੀ ਆ, ਸਭ ਕੁਝ ਮੈਂ ਹੀ ਹੈ, ਮੇਰੇ ਨਾਲ ਹੀ ਚੱਲਦਾ ਸਾਰਾ ਕੁਝ। ਇਸੇ ਤਰ੍ਹਾਂ ਹੋ ਰਿਹਾ ਸੀ। ਹੁਣ ਜਦੋਂ ਪਾਣੀ ਤੋਂ ਤੰਗ ਆਏ, ਪਰੇਸ਼ਾਨ ਹੋਏ, ਗੁਰੂ ਨਾਨਕ ਦੇ ਚਰਨਾਂ 'ਚ ਕੀਤੀ ਬੇਨਤੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਜਿਹੜਾ ਤੁਹਾਨੂੰ ਚੰਗਾ ਲੱਗਦਾ ਨਾ, ਮਨ ਲੱਗਦਾ, ਉਹ ਪੱਥਰ ਨੂੰ ਪੁੱਟੋ, ਪੱਥਰ ਪੁੱਟੋ ਪਹਾੜੀ ਦੇ ਖੁੱਤਲੋ। ਅਤੇ ਕਹਿੰਦੇ ਸੰਗਤਾਂ ਨੇ ਪੱਥਰ ਨੂੰ ਪੁੱਟਿਆ, ਅਤੇ ਗੁਰੂ ਨਾਨਕ ਦੀ ਕਿਰਪਾ ਦਾ ਸਦਕਾ ਪਾਣੀ ਦਾ ਸੋਮਾ ਬਹਿ ਤੁਰਿਆ। ਬੋਲੋ ਸਤਨਾਮ। ਖਿੱਚ ਲਿਆ ਪਾਣੀ ਸਾਰਾ ਬਲੀ ਕੰਧਾਰੀ ਦਾ, ਹੁਣ ਕੁੰਡ ਹੋ ਗਿਆ, ਕਹਿੰਦੇ ਸਾਧ ਸੰਗਤ ਖਾਲੀ, ਅਤੇ ਗੁਰੂ ਨਾਨਕ ਦੀ ਕਿਰਪਾ ਐਸੀ ਹੋਈ। ਅਤੇ ਸਾਧ ਸੰਗਤ ਕਹਿੰਦੇ ਨੇ ਪਾਣੀ ਤੋਂ ਜਦੋਂ ਤੰਗ ਸੀ, ਪਰੇਸ਼ਾਨ ਸੀ ਨਾ, ਇਹ ਕੌਤਕ ਗੁਰੂ ਨਾਨਕ ਸਾਹਿਬ ਨੇ ਉੱਥੇ ਰਚਾਇਆ ਸੀ, ਕੌਤਕ ਵੀ ਰਚਾਇਆ ਸੀ, ਪਰ ਮੈਂ ਇੱਥੇ ਬੇਨਤੀ ਤਾਂ ਨਹੀਂ ਕੀਤੀ। ਕਈ ਵਾਰ ਨਾ ਅਸੀਂ ਹਰ ਇੱਕ ਗੱਲ ਨੂੰ ਨਾ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਦੀ ਗੱਲ ਨੂੰ ਅਸੀਂ ਮਜ਼ਾਕ ਜਿਹੇ ਤੌਰ 'ਤੇ ਲੈ ਜਾਂਦੇ ਹਾਂ ਵੀ ਹੋਵੇ ਗੁਰੂ ਨਾਨਕ ਦਾ ਰਬਾਬੀ ਕੀਰਤਨੀਆਂ 'ਤੇ ਭੁੱਖ ਲੱਗ ਜਾਵੇ, ਉੱਥੇ ਗੁਰੂ ਨਾਨਕ ਸਾਹਿਬ ਤਾਰਨ ਬਹਾਨੇ ਇੱਕ ਕੌਤਕ ਰਚਦੇ ਸਨ। ਭੁੱਖ ਲੱਗੀ ਅਤੇ ਗੁਰੂ ਨਾਨਕ ਸਾਹਿਬ ਠੱਗਾਂ ਦੀ ਨਗਰੀ ਦੇ ਵਿੱਚ ਚਲੇ ਗਏ, ਕੌਤਕ ਰਚਾ ਦਿੱਤਾ, ਭਾਈ ਮਰਦਾਨੇ ਨੂੰ ਭੁੱਖ ਵਿਆਪਰੀ ਹੈ। ਪਰ ਪਿਆਰੇ ਉਹ ਨਿਰੰਕਾਰ ਦਾ ਹੋਵੇ ਪਾਸਕ, ਨਿਰੰਕਾਰ ਦਾ ਹੋਵੇ ਕੀਰਤਨੀਆਂ, ਭੁੱਖ ਨਹੀਂ ਜੇ ਲੱਗ ਸਕਦੀ। ਜਿਹਦਾ ਆਧਾਰ ਹੀ ਪਰਮੇਸ਼ਰ ਦਾ ਨਾਮ ਹੈ, ਉਹ ਤਾਂ ਇੱਕ ਕੌਤਕ ਹੈ, ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਕੌਤਕ ਰਚਦੇ ਨੇ।
ਕਹਿੰਦੇ ਨੇ ਜਦੋਂ ਨਾ ਉਹਨੇ ਪਾਣੀ ਬੰਦ ਕਰ ਦਿੱਤਾ ਸੀ, ਗੁਰੂ ਨਾਨਕ ਸਾਹਿਬ ਜੀ ਨੇ ਕੌਤਕ ਵੀ ਰਚਾਇਆ ਸੀ ਉੱਥੇ। ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ, ਕਹਿੰਦਾ ਮਹਾਰਾਜ ਕਿਰਪਾ ਕਰੋ, ਜੇ ਇੰਨੇ ਦਿਨ ਰਹੇ ਤਾਂ ਇੱਥੇ ਪਿਆਸੇ ਮਰ ਜਾਣਾ, ਕਿਵੇਂ ਰਵਾਂਗੇ। ਹੁਣ ਕਹਾਣੀ ਕਾਰਨ ਇੱਦਾਂ ਇਹ ਕਹਾਣੀ ਕਥਾ ਬਣਾਈ ਨਾ, ਭੁੱਖ ਲੱਗ ਗਈ, ਪਿਆਸ ਲੱਗ ਗਈ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਜਾ ਭਾਈ ਪਹਾੜੀ ਦੇ ਉੱਤੇ ਜਾ, ਚੱਲਿਆ ਜਾ, ਪਾਣੀ ਦਾ ਕੁੰਡ ਤੇ ਬਲੀ ਕੰਧਾਰੀ ਦੇ ਕੋਲ ਹੈ। ਕਹਿੰਦੇ ਭਾਈ ਮਰਦਾਨਾ ਜੀ ਪਹਾੜੀ ਦੇ ਉੱਤੇ ਬੜਾ ਔਖਾ ਚੜ੍ਹਿਆ, ਪਿਆਸਾ ਹੋਵੇ ਤੇ ਸਾਧ ਸੰਗਤ ਤੁਰਨਾ ਬਹੁਤ ਔਖਾ ਹੈ। ਗਿਆ ਸੀ ਮੰਗਣ ਵਾਸਤੇ, ਕਹਿੰਦਾ ਪਾਣੀ ਪਿਆ ਦੇ। ਕਿੱਥੋਂ ਆਇਆ? ਗੁਰੂ ਨਾਨਕ ਪਾਸੋਂ। ਉਹ ਗੁਰੂ ਨਾਨਕ ਜਿਹੜਾ ਪੰਜਾਬ ਤੋਂ ਆਇਆ ਹੋਇਆ? ਹਾਂ, ਮੈਂ ਉਹਦਾ ਪਾਸਕ ਹਾਂ, ਉਹਦਾ ਕੀਰਤਨੀ ਆ, ਉਹਦਾ ਰਬਾਬੀ ਹਾਂ। ਕਹਿੰਦਾ ਐਡਾ ਤੇਰਾ ਗੁਰੂ ਸਮਰੱਥ ਹੈ ਅਤੇ ਉਹਦੇ ਕੋਲ ਪਾਣੀ ਪੀ ਲੈ, ਫਿਰ ਮੇਰੇ ਕੋਲ ਕੀ ਕਰਨਾ ਆ, ਵਾਪਸ ਚੱਲਿਆ ਜਾ। ਦੋ ਵਾਰ ਕਹਿੰਦੇ ਭਾਈ ਮਰਦਾਨਾ ਗਿਆ ਪਾਣੀ ਦੀ ਯਾਚਨਾ ਲੈ ਕੇ, ਨਹੀਂ ਪਾਣੀ ਦਿੱਤਾ ਸੀ ਕੰਧਾਰੀ ਨੇ। ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸੰਗਤਾਂ ਨੂੰ, ਪੁੱਟੋ ਪੱਥਰ। ਪੱਥਰ ਪੁੱਟਿਆ ਅਤੇ ਪਾਣੀ ਦਾ ਸੋਮਾ ਬਹਿ ਤੁਰਿਆ, ਪਾਣੀ ਸਾਰਾ ਬਲੀ ਕੰਧਾਰੀ ਦਾ ਖਿੱਚ ਲਿਆ। ਹੁਣ ਸਾਧ ਸੰਗਤ ਉਹਨੇ ਜਦੋਂ ਵੇਖਿਆ ਕਿ ਪਾਣੀ ਦਾ ਕੁੰਡ ਖਤਮ ਹੋ ਗਿਆ, ਅਤੇ ਕਹਿੰਦੇ ਨੇ ਸਾਧ ਸੰਗਤ ਫਿਰ ਉਹ ਕੰਧਾਰੀ ਨੇ ਹੰਕਾਰ ਦੇ ਵਿੱਚ ਆ ਕਰਕੇ, ਕਿਉਂ ਪਿਆਰੇ ਹੋ, ਜਿਹਦੇ ਕੋਲ ਹੁਨਰ ਹੋਵੇ, ਜਿਹਦੇ ਕੋਲ ਤੰਤਰਿਕ ਹੋਰ ਬੜੀਆਂ ਆਪਣੇ ਆਪ ਨੂੰ ਸਖਤੀਆਂ ਕਹਿੰਦਾ ਹੋਵੇ, ਉਹ ਕਿਤੇ ਨਾ ਕਿਤੇ ਲਾ ਕੇ ਜ਼ੋਰ ਤਾਂ ਬਾਹ ਤਾਂ ਲਾਉਂਦਾ ਹੀ ਹੈ। ਜਿਵੇਂ ਸਾਧ ਸੰਗਤ ਜੋਗੀ ਨੇ ਲਾਇਆ ਸੀ ਨਾ, ਮਹੇਸੇ ਨਾਮ ਦੇ ਜੋਗੀ ਨੇ ਲਾਇਆ ਸੀ ਨਾ ਜ਼ੋਰ, ਕਿ ਕਿਤੇ ਨਾ ਕਿਤੇ ਤਾਂ ਤਿਲਕੂ ਆਊਗਾ ਮੇਰੇ ਕੋਲ। ਪਰ ਜਿਹੜਾ ਗੁਰੂ ਨਾਨਕ 'ਤੇ ਭਰੋਸਾ ਰੱਖਦਾ, ਉਹ ਗੁਰੂ ਨਾਨਕ ਦਾ ਦਰ ਛੱਡ ਕੇ ਕਿਤੇ ਨਹੀਂ ਜੇ ਜਾਂਦਾ। ਬੋਲੋ ਸਤਨਾਮ। ਜਿਹੜਾ ਇੱਕ ਵਾਰ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜ਼ੋਰ ਲਾਇਆ ਸੀ, ਪਾਣੀ ਬੰਦ ਕਰ ਦਿੱਤਾ ਕਿ ਗੁਰੂ ਨਾਨਕ ਨੂੰ ਛੱਡ ਕੇ ਮੇਰੇ ਕੋਲ ਆਉਣਗੇ ਨਗਰ ਵਾਲੇ, ਪਰ ਨਹੀਂ ਗਿਆ। ਹੁਣ ਸਾਧ ਸੰਗਤ ਆਪਣੀ ਤਾਕਤ ਦੇ ਨਾਲ ਇੱਕ ਬਹੁਤ ਵੱਡਾ ਪਹਾੜੀ ਦੇ ਉੱਤੋਂ ਪੱਥਰ ਰੋੜਿਆ, ਕਿ ਆਪੇ ਇਹ ਜਿਹੜਾ ਫਕੀਰ ਹੈ, ਜਿਹੜਾ ਸਾਧ ਆ ਨਾ, ਆਇਆ ਮੇਰੀ ਰੋਟੀ ਰੋਜੀ ਰੋਕਣ ਵਾਸਤੇ, ਆਪੇ ਪਹਾੜ ਥੱਲੇ ਆ ਕੇ ਮਰ ਜਾਵੇਗਾ। ਬਹੁਤ ਵੱਡਾ ਕਹਿੰਦੇ ਪਹਾੜ ਪੱਥਰ ਆਪਣੇ ਡੇਰੇ ਤੋਂ ਠੱਲਣਾ ਕੀਤਾ, ਰੋੜਨਾ ਕੀਤਾ ਥੱਲੇ ਨੂੰ। ਹੁਣ ਸਾਧ ਸੰਗਤ ਕਹਿੰਦੇ ਜਦੋਂ ਉਹ ਪਹਾੜੀ ਦੇ ਉੱਤੋਂ ਪੱਥਰ ਰੁੜਦਾ ਦਿਸਿਆ, ਜਿਹੜੇ ਤੇ ਹੁਣ ਲੋਕ ਸਨ ਡਰ ਗਏ ਨਾ, ਡਰ ਜਾਂਦੇ ਆ ਗੁਰਮੁਖ ਪਿਆਰਿਓ, ਡਰ ਕੇ ਦੂਰ ਦੂਰ ਨੂੰ ਦੌੜ ਗਏ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰ ਵਰਿਓ ਨਿਰੰਕਾਰ, ਜੋਤ ਜਗ ਮੰਡਲ ਕਰਿਓ। ਇੱਦਾਂ ਸਾਧ ਸੰਗਤ ਉੱਧਰੋਂ ਪੱਥਰ ਪਹਾੜ ਰੋੜਿਆ ਆ ਰਿਹਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਦਾਂ ਪੰਜਾ ਅਤੇ ਸਾਧ ਸੰਗਤ ਕੀਤਾ, ਅਤੇ ਸਾਧ ਸੰਗਤ ਸਤਪੁਰਸ਼ ਧਾਰਨਾ ਪੜ੍ਹਿਆ ਕਰਦੇ ਸਨ, ਪੜ੍ਹਿਓ ਪਿਆਰ ਦੇ ਨਾਲ। ਪਿਆਰੇ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਪੰਜਾਂ ਗੁਰਾਂ ਨੇ ਪਹਾੜ ਵਿੱਚ ਲਾਇਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੰਧਾਰੀ ਦਾ ਹੰਕਾਰ ਤੋੜਿਆ ਪੰਜਾਂ।
ਗੁਰਾਂ ਨੇ ਪਹਾੜ ਵਿੱਚ ਲਾਇਆ, ਹੰਕਾਰੀ ਦਾ ਹੰਕਾਰ ਤੋੜਿਆ। ਪੰਜਾਂ ਗੁਰਾਂ ਨੇ ਪੰਜਾ ਗੁਰਾਂ ਨੇ ਪਹਾੜ ਵਿੱਚ ਐਸਾ ਹੰਕਾਰ ਤੋੜਿਆ ਉਸ ਬਲੀ ਕੰਧਾਰੀ ਦਾ। ਕੰਧਾਰੀ ਉਹਦਾ ਨਾਮ ਸੀ, ਬਲੀ ਉਹ ਆਪਣੇ ਆਪ ਨੂੰ ਕਹਾਉਂਦਾ ਸੀ ਵੀ ਮੈਂ ਬਹੁਤ ਵੱਡਾ ਬਲੀ ਹਾਂ, ਬਲਵਾਨ ਹਾਂ, ਤਾਕਤਵਰ ਹਾਂ, ਮੇਰੇ ਕੋਲ ਬਹੁਤ ਵੱਡੀਆਂ ਵੱਡੀਆਂ ਗੈਬੀ ਸ਼ਕਤੀਆਂ ਨੇ। ਹੁਣ ਥੱਲਿਆ ਪੱਥਰ ਥੱਲੇ ਨੂੰ ਗੁਰੂ ਨਾਨਕ ਸਾਹਿਬ ਨੇ ਹੱਥ 'ਤੇ ਹੀ ਰੋਕ ਲਿਆ। ਬੋਲੋ ਸਤਨਾਮ। ਇਹ ਨਹੀਂ ਪਤਾ ਵੀ ਮੇਰੇ ਤੋਂ ਵੱਡਾ ਥੱਲੇ ਹੋਰ ਵੀ ਬੈਠਾ ਹੈ, ਮੇਰੇ ਤੋਂ ਵੱਡਾ ਵੀ ਕੋਈ ਹੋਰ ਬੈਠਾ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਪੰਜਾ ਲਾ ਕੇ ਉਸ ਪੱਥਰ ਨੂੰ, ਉਸ ਪਹਾੜ ਨੂੰ ਰੋਕਿਆ। ਅੱਜ ਵੀ ਗੁਰੂ ਨਾਨਕ ਸਾਹਿਬ ਦੀ ਨਿਸ਼ਾਨੀ ਹੈ ਗੁਰਦੁਆਰਾ ਪੰਜਾ ਸਾਹਿਬ। ਬੋਲੋ ਸਤਨਾਮ। ਉਹਦੇ ਆਲਾ ਕੁੰਡ ਸੁੱਕਿਆ ਅਤੇ ਜਿਹੜਾ ਗੁਰੂ ਨਾਨਕ ਨੇ ਸੋਮਾ ਪ੍ਰਗਟ ਕੀਤਾ ਸੀ ਉਹ ਅੱਜ ਵੀ ਹੈ। ਬੋਲੋ ਸਤਨਾਮ। ਉਹ ਰਹਿੰਦੀ ਦੁਨੀਆ ਤੱਕ ਰਹੇਗਾ। ਜਦੋਂ ਇਹ ਸਾਰਾ ਕੌਤਕ ਕਹਿੰਦੇ ਉਸ ਸੰਸਾਰੀ ਉਸ ਲੋਕਾਂ ਨੇ ਦੇਖਿਆ, ਹਸਨੋ ਵਦਾਲਦਿਆਂ ਨੇ ਗੁਰੂ ਨਾਨਕ ਦੇ ਚਰਨਾਂ 'ਤੇ ਢਹਿ ਪਏ ਅਤੇ ਸਾਧ ਸੰਗਤ ਇਕੱਲੇ ਉਹ ਲੋਕ ਹੀ ਨਹੀਂ ਢਹੇ, ਆਖਿਰਕਾਰ ਉਹ ਬਲੀ ਕੰਧਾਰੀ ਨੂੰ ਵੀ ਗੁਰੂ ਨਾਨਕ ਦੇ ਚਰਨਾਂ 'ਤੇ ਢਹਿਣਾ ਪਿਆ, ਝੁਕਣਾ ਪਿਆ। ਕੌਣ ਨਹੀਂ ਝੁਕਿਆ ਪਿਆਰੇ ਗੁਰੂ ਨਾਨਕ ਦੇ ਚਰਨਾਂ 'ਤੇ? ਅਤੇ ਬਲੀ ਕੰਧਾਰੀ ਵਰਗੇ ਝੁੱਕ ਗਏ। ਇੱਥੇ ਮੱਕੇ ਦੇ ਹਾਜੀ ਝੁੱਕ ਗਏ ਗੁਰੂ ਨਾਨਕ ਦੇ ਅੱਗੇ। ਆਪਾਂ ਬੇਨਤੀ ਕਰ ਰਹੇ ਸਨ, ਉਹਨਾਂ ਨੂੰ ਵੀ ਗੁਰੂ ਨਾਨਕ ਦੀ ਪੂਜਾ ਕਰਨੀ ਪਈ। ਗੁਰੂ ਨਾਨਕ ਸਾਹਿਬ ਤੋਂ ਮੰਗਿਆ, ਮਹਾਰਾਜ ਕਿਰਪਾ ਕਰੋ, ਜਾਣ ਲੱਗਿਓ ਮੱਕੇ ਦੇ ਵਿੱਚੋਂ ਕੋਈ ਨਿਸ਼ਾਨੀ ਦੇ ਕੇ ਜਾਓ। ਬੋਲੋ ਸਤਨਾਮ। ਦੇ ਕੇ ਜਾਓ ਕੋਈ ਨਿਸ਼ਾਨੀ। ਫਿਰ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਖੜਾਵਾਂ ਦਿੱਤੀਆਂ। ਅੱਜ ਤੱਕ ਮੱਕੇ ਦੇ ਵਿੱਚ ਗੁਰੂ ਨਾਨਕ ਦੀਆਂ ਖੜਾਵਾਂ ਦੀ ਪੂਜਾ ਹੋ ਰਹੀ ਹੈ। ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ। ਬਾਬਾ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ, ਮੱਕੇ ਦੇ ਅੰਦਰ ਗੁਰੂ ਨਾਨਕ ਦੀ ਪੂਜਾ ਹੁੰਦੀ ਹੈ ਅੱਜ। ਕਿਤੇ ਬਾਬਾ ਸਾਡਾ ਹੀ ਥੋੜ੍ਹੀ ਹੈ, ਸਾਰਿਆਂ ਦਾ ਸਾਂਝਾ ਹੈ ਗੁਰੂ ਨਾਨਕ। ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ। ਜਿੱਥੇ ਜਿੱਥੇ ਬਾਬਾ ਗਿਆ ਕੋਈ ਗੁਰੂ ਨਾਨਕ ਦੇ ਦਰ ਤੋਂ ਖਾਲੀ ਨਹੀਂ ਜੇ ਗਿਆ। ਜਿੱਥੇ ਜਾਏ ਜਗਤ ਵਿੱਚ, ਇੱਕ ਥਾਂ ਥੋੜ੍ਹੀ ਗਿਆ ਗੁਰੂ ਨਾਨਕ ਸਾਹਿਬ, ਜਿੱਥੇ ਕਿੱਥੇ ਵੀ ਗਏ। ਕਿਤੇ ਸਾਧ ਸੰਗਤ ਢਾਕੇ ਬੰਗਾਲੇ ਦੇ ਵਿੱਚ ਜਾਂਦੇ ਨੇ, ਉੱਥੇ ਵੇਖੋ ਭੂਮੀਏ ਵਰਗੇ ਨੂੰ ਜਾ ਕੇ ਸੰਤ ਬਣਾ ਦਿੱਤਾ, ਅਤੇ ਸਾਧ ਸੰਗਤ ਕਿਤੇ ਕਾਬਲ ਕੰਧਾਰ ਦੇ ਵਿੱਚ ਜਾਂਦੇ ਨੇ, ਕਿੱਥੇ ਕਿੱਥੇ ਨਹੀਂ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਉਹ ਤਾਂ ਉਹ ਨੇ ਨਾਰੀ ਤੇਜੋ ਪੁਰਖ ਕਰਾਵੇ, ਪੁਰਖਨ ਤੇਜੋ ਨਾਰੀ, ਖਲ ਮੂਰਤ ਅਤੇ ਚਤਰ ਬਕੀਤਾ। ਉਹ ਤਾਂ ਮੂਰਖਾਂ ਨੂੰ, ਉਹ ਤਾਂ ਗੂੰਗਿਆਂ ਨੂੰ ਗਿਆਨ ਵੰਡਣ ਲਾ ਦਿੰਦੇ ਨੇ। ਉਹ ਗੁਰੂ ਨਾਨਕ ਦਾ ਅਸੀਂ ਅੱਜ ਪ੍ਰਕਾਸ਼ ਮਨਾ ਰਹੇ ਹਾਂ ਪਿਆਰਿਓ। ਪ੍ਰਕਾਸ਼, ਪ੍ਰਕਾਸ਼ ਦਾ ਭਾਵ ਹੁੰਦਾ ਚਾਨਣਾ।
ਪ੍ਰਕਾਸ਼ ਦਾ ਭਾਵ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਜਿਨ੍ਹਾਂ ਦੇ ਅੰਦਰ, ਇੱਕ ਤਾਂ ਆਪਾਂ ਪ੍ਰਕਾਸ਼ ਦਿਹਾੜਾ ਹੁਣ ਮਨਾ ਰਹੇ ਹਾਂ, ਅਖੰਡ ਪਾਠ ਸਾਹਿਬ ਹੋਏ, ਗੁਰੂ ਕੇ ਲੰਗਰ ਚੱਲੇ, ਕਥਾ ਕੀਰਤਨ ਹੋਏ, ਇਹ ਨਹੀਂ ਕਿ ਇਹ ਬਸ ਹੋ ਗਿਆ ਅਤੇ ਛੱਡ ਦੇਣਾ, ਨਹੀਂ ਪਿਆਰੇ, ਇਸ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਪ੍ਰਕਾਸ਼ ਕਰਨਾ। ਪਾਰਸ ਕਹਿੰਦੇ ਨੇ ਜਨ ਨਾਨਕ ਗਿਆਨ ਰਤਨ ਪਰਗਾਸੇ ਆ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਗਿਆਨ ਰੂਪੀ ਰਤਨ ਦਾ ਪ੍ਰਕਾਸ਼ ਹੋ ਗਿਆ, ਜਨ ਨਾਨਕ ਗਿਆਨ ਰਤਨ ਪਰਗਾਸੇ ਆ, ਜਿਨ੍ਹਾਂ ਦੇ ਅੰਦਰ ਇਹ ਪ੍ਰਕਾਸ਼ ਆ ਨਾ, ਸਮਝ ਲਿਓ ਗੁਰੂ ਨਾਨਕ ਸਾਹਿਬ ਉਹਨਾਂ ਦੇ ਹਿਰਦੇ 'ਚ ਵਸ ਰਿਹਾ। ਬੋਲੋ ਸਤਨਾਮ। ਹਰ ਮਨ ਵਸਿਆ ਨਿਰੰਕਾਰੀ ਜੀਓ, ਨਿਰੰਕਾਰੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਹਿਰਦੇ 'ਚ ਵੱਸਦੇ ਨੇ। ਉਹਨਾਂ ਨੇ ਘਰ ਘਰ ਦੇ ਵਿੱਚ ਬਾਬੇ ਨੂੰ ਪੂਜਿਆ, ਜਿਨ੍ਹਾਂ ਨੇ ਬਾਬੇ ਦੀਆਂ ਗੱਲਾਂ ਨੂੰ ਮੰਨ ਲਿਆ, ਮੰਨੇ ਬਚਨ ਭੂਮੀ ਵਰਗਿਆਂ ਨੇ, ਮੰਨੇ ਬਚਨ ਸੱਜਣ ਵਰਗਿਆਂ ਨੇ, ਮੰਨੇ ਕੋਡੇ ਵਰਗਿਆਂ ਨੇ। ਪਿਆਰੇ ਉਹ ਬਲੀ ਕੰਧਾਰੀ ਨੇ ਵੀ ਗੁਰੂ ਨਾਨਕ ਦੇ ਬਚਨ ਨੂੰ ਮੰਨਿਆ, ਚਰਨਾਂ 'ਤੇ ਢਿਆ ਬਲੀ ਕੰਧਾਰੀ, ਸੱਚੇ ਪਾਤਸ਼ਾਹ ਮੇਰੀ ਕੀਤੀ ਦਾ ਮੈਨੂੰ ਬੜਾ ਪਛਤਾਵਾ ਏ, ਮੈਨੂੰ ਪਤਾ ਨਹੀਂ ਸੀ ਕਿ ਆਪ ਜੀ ਆਪ ਨਿਰੰਕਾਰ ਹੋ, ਆਪ ਖੁਦਾ ਰੂਪ ਹੋ, ਆਪ ਅਕਾਲ ਹੋਗੇ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾ। ਮਹਾਰਾਜ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਆਪ ਜੀ ਦੇ ਕੀਰਤਨੀਏ ਨੂੰ ਮੈਂ ਜਲ ਤੋਂ ਜਵਾਬ ਦੇ ਦਿੱਤਾ, ਕਿਰਪਾ ਕਰੋ। ਕਹਿੰਦੇ ਨੇ ਮਿਹਰ ਦੀ ਨਾਦਰ ਕੀਤੀ ਗੁਰੂ ਨਾਨਕ ਸਾਹਿਬ ਨੇ, ਉਹ ਪੱਥਰ ਵਰਗੇ ਪੱਥਰ ਦਿਲ ਨੂੰ ਜਿਹੜਾ ਆਪਣੇ ਆਪ ਨੂੰ ਬਲੀ ਕਹਾਉਣ ਵਾਲਾ ਅੱਜ ਇਕੱਲਾ ਕੰਧਾਰੀ ਬਣ ਕੇ ਗੁਰੂ ਨਾਨਕ ਦੇ ਚਰਨਾਂ 'ਤੇ ਢਹਿ ਪਿਆ, ਬਲੀ ਕੱਟਦਾ ਕਹਿੰਦਾ ਨਹੀਂ ਨਹੀਂ ਮਹਾਰਾਜ, ਮੈਂ ਤਾਂ ਆਪਣੇ ਚਰਨਾਂ ਦਾ ਸੇਵਕ ਹਾਂ, ਆਪ ਜੀ ਦੇ ਦਰ ਦਾ ਦਾਸ ਹਾਂ, ਕਿਰਪਾ ਕਰੋ। ਹੁਣ ਸੇਵਕ ਬਣ ਕੇ ਅਰਦਾਸ ਕਰ ਰਿਹਾ, ਮਿਹਰ ਦੀ ਨਾਦਰ ਕੀਤੀ ਗੁਰੂ ਨਾਨਕ ਨੇ, ਨਾਮ ਦੀ ਦਾਤ ਦਿੱਤੀ ਅਤੇ ਹਸਨ ਉਬਦਾਲ ਦੇ ਵਿੱਚ ਪ੍ਰਚਾਰਕ ਥਾਪ ਦਿੱਤਾ। ਬੋਲੋ ਸਤਨਾਮ। ਕਰਿਆ ਕਰ ਗੁਰੂ ਨਾਨਕ ਦੀ ਬਾਣੀ ਦਾ ਉਪਦੇਸ਼ ਸੰਗਤਾਂ ਨੂੰ, ਹਰ ਰੋਜ਼ ਹਰ ਦਿਨ ਸਤ ਸੰਗਤ ਕਰਾਇਆ ਕਰ, ਸੱਚ ਦਾ ਮਾਰਗ ਦੱਸਿਆ ਕਰ, ਛੱਡਦੇ ਆ ਝੂਠੇ ਪਖੰਡ ਕਰਨੇ, ਕਰਮ ਕਾਂਡ ਕਰਨੇ ਛੱਡਦੇ ਭਾਈ। ਹੁਣ ਗੁਰੂ ਨਾਨਕ ਦੀ ਗੱਲ ਮੰਨੀ, ਗੁਰੂ ਨਾਨਕ ਦਾ ਸਿੱਖ ਬਣ ਗਿਆ ਭਾਈ। ਤਾਂਹੀਓ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਦਾਸ ਜੀ, ਘਰ ਘਰ ਬਾਬਾ ਪੂਜੀ ਹੈ, ਸਾਰੇ ਬੋਲਿਓ ਭਾਈ ਗੱਜ ਕੇ ਘੇਰਾ, ਬਿਨਾਂ ਸਾਜਾ ਤੋਂ ਇੱਦਾਂ ਹੀ ਰਸਨਾ ਕਰੋ, ਪਵਿੱਤਰ ਪੂਜਾ ਹੋਣੀ ਚਾਹੀਦੀ ਹੈ। 551ਵਾਂ ਗੁਰੂ ਨਾਨਕ ਦਾ ਪ੍ਰਕਾਸ਼ ਮਨਾ ਰਹੇ ਹਾਂ, ਪੂਜਾ ਕਰੋ ਗੁਰੂ ਨਾਨਕ ਦੀ। ਹੁਣ ਪੂਜਾ ਕਰਨ ਦੀ ਜਾਚ ਬਾਣੀ ਤੋਂ ਸਿੱਖਣੀ ਹੈ, ਇਹ ਨਹੀਂ ਹੈ ਪਿਆਰੇ, ਮਾਫ਼ੀ ਮੰਗ ਕੇ ਮੈਂ ਬੇਨਤੀ ਕਰ ਦੇਵਾਂ, ਕੋਈ ਵਿਵਾਦਤ ਗੱਲ ਨਹੀਂ, ਇਹ ਨਾ ਸਮਝੋ ਕਿ ਮੂਰਤੀ ਲੈਣੀ ਆ, ਕੋਈ ਤਸਵੀਰ ਲੈਣੀ ਆ, ਉਹਦੇ ਅੱਗੇ ਉਹ ਕਰਨਾ, ਨਾ ਨਾ ਕੁਛ ਨਹੀਂ ਕਰਨਾ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰ ਦੀ ਜਿਹੜੀ ਮੂਰਤ ਹੈ ਨਾ, ਉਹ ਹਿਰਦੇ 'ਚ ਵੱਸ ਜਾਵੇ, ਬਸ ਹਿਰਦੇ ਵਿੱਚ ਗੁਰ ਕੀ ਮੂਰਤ ਮਨ ਮੈਂ ਧਿਆਨ, ਮਨ ਦੇ ਵਿੱਚ ਧਿਆਨ ਜੋੜੋ। ਕਿੱਦਾਂ ਘਰ ਘਰ ਦੇ ਵਿੱਚ ਪੂਜਾ ਕਿਵੇਂ ਕਰਨੀ ਆ, ਉਠਤ ਬੈਠਤ ਹਰ ਹਰ ਧਿਆਈਏ, ਆਣ ਦਿਨ ਸੋ ਕਿਰਤ ਕਰੀਏ, ਉੱਠਦੇ ਆ ਬਹਿੰਦੇ ਆ ਰੱਬ ਜੀ ਦਾ ਨਾਮ ਜਪਾਂਗੇ, ਸਮਝ ਲਓ ਸੱਚ ਕਰਕੇ ਜਾਣਿਓ ਬਾਬੇ ਦੀ ਪੂਜਾ ਹੋ ਰਹੀ ਹੈ। ਪੜ੍ਹਿਓ ਸਾਰੇ ਗੱਜ ਵੱਜ ਕੇ, ਘਰ ਘਰ ਬਾਬਾ ਪੂਜੀ ਹੈ, ਘਰ ਘਰ ਬਾਬਾ ਪੂਜੀ ਹੈ, ਘਰ ਘਰ ਬਾਬਾ, ਘਰ ਘਰ ਬਾਬਾ, ਘਰ ਘਰ ਬਾਬਾ, ਹਿੰਦੂ ਮੁਸਲਮਾਨ ਗੁਆਈ, ਹਿੰਦੂ ਮੁਸਲਮਾਨ ਗੁਆਈ,
ਹਿੰਦੂ ਮੁਸਲਮਾਨ ਗਵਾਈ, ਇਹ ਗਵਾਉਣਾ ਹਿਰ, ਇਹ ਗਵਾ ਦੇਣਾ ਵੀ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ, ਮੈਂ ਤਾਂ ਉਹਦੇ ਦਰ ਦਾ ਚਾਕਰ ਹਾਂ। ਚਾਕਰ ਲੱਗੇ ਚਾਕਰੀ ਨਾਲੇ ਗਾਰੂਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਐਸੀਆਂ ਗੱਲਾਂ ਕਰੀਏ, ਵੱਖਰੀਆਂ ਜਿਹੀਆਂ ਗੱਲਾਂ ਕਰੀਏ, ਵੱਖਰਾ ਜਿਹਾ ਜੀਵਨ ਹੋਵੇ। ਕਿ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਕਲੰਗੀਧਰ ਜੀ ਨੇ ਸਾਨੂੰ ਤਾਂ ਵੱਖਰੇ ਜਿਹੇ ਬਣਾਇਆ, ਵੱਖਰਾ ਜਿਹਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਕੋ ਮੈਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਜਬ ਲੱਗ ਖਾਲਸਾ ਰਹੋ ਨਿਆਰਾ, ਤਬ ਲੱਗ ਤੇਜ ਦੋਵੇਂ ਸਾਰਾ। ਸਾਨੂੰ ਵੱਖਰਾ ਜਿਹਾ ਬਣਾਇਆ। ਬਾਬੇ ਦੀ ਵੱਖਰੀ ਹੋਈ ਪੂਜਾ ਹੈ, ਕਿਹੜੀ ਪੂਜਾ? ਬਾਬੇ ਦੀ ਉਠਤ ਬੈਠਤ ਹਰ ਹਰ ਧਿਆਈਏ, ਅਨ ਦਿਨ ਸੋ ਕ੍ਰਿਤ ਕਰੀਏ। ਪਰ ਇਹ ਮਾਰਗ ਭਾਈ ਸੰਤਾਂ ਦਾ, ਸੰਤ ਕਾ ਮਾਰਗ। ਕਿਹੜੇ ਸੰਤਾਂ ਦਾ? ਤੁਸੀਂ ਬੈਠੇ ਹੋ ਸਾਰੇ ਸੰਤ ਹੀ ਹਾਂ, ਇੱਥੇ ਕੋਈ ਚੋਲੇ ਦਾ ਨਾਂ ਸੰਤ ਨਹੀਂ ਜੇ, ਇੱਥੇ ਕੋਈ ਲਿਬਾਸ ਦਾ ਨਾਂ ਨਹੀਂ, ਸਾਰੇ ਸੰਤ ਹਾਂ। ਜਦੋਂ ਜੁੜਾਂਗੇ ਨਾ ਜੀਵਨ ਸੰਤ ਬਣ ਜਾਣਾ ਹੈ। ਸਾਡੀ ਰਹਿਣੀ ਸੰਤ ਹੋਣੀ ਚਾਹੀਦੀ ਹੈ, ਸਾਡੀ ਬਹਿਣੀ ਸੰਤ ਹੋਣੀ ਚਾਹੀਦੀ ਹੈ। ਗੁਰੂ ਕਿਰਪਾ ਕਰੇ, ਰਹਿਮਤ ਕਰ ਦੇਵੇ, ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਗਵਾਈ। ਇਹ ਗਵਾਉਣਾ ਹੈ ਹਿਰਦੇ 'ਚੋਂ ਵੀ ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਮੈਂ ਤਾਂ ਸਿੱਖ ਹਾਂ। ਸਿੱਖਣਾ ਹੈ ਗੁਰੂ ਨਾਨਕ ਦੇ ਦਰ ਤੋਂ। ਸਪੈ ਨਾਹੇ ਸਪਾਇਆ ਚੜ੍ਹਿਆ ਸੂਰਜ, ਜਾਗ ਰਸਨਾਈ। ਇਹ ਸੂਰਜ ਫਿਰ ਸਪਿਆ ਕਦੇ ਸੁੱਪਦਾ ਨਹੀਂ, ਇਹ ਤਾਂ ਰਸਨਾਈ ਹੈ ਸੰਸਾਰ ਦੇ ਵਿੱਚ। ਜਿੱਥੇ ਕਿਤੇ ਗੁਰੂ ਨਾਨਕ ਦੀ ਸੰਗਤ ਹੈ, ਜਿੱਥੇ ਕਿਤੇ ਗੁਰੂ ਨਾਨਕ ਦਾ ਸਿੱਖ ਬੈਠਾ, ਉਹ ਅੱਜ ਗੁਰੂ ਨਾਨਕ ਦੀ ਸਿਫਤ ਕਰਦਾ ਪਿਆ। ਬੋਲੋ ਸਤਨਾਮ। ਉਹ ਗੁਰੂ ਨਾਨਕ ਦੇ ਨਾਲ ਸਾਧ ਸੰਗਤ ਜੁੜਿਆ ਹੋਇਆ ਹੈ। ਬੁੱਕਿਆ ਸਿੰਘ ਉਜਾੜ ਵਿੱਚ, ਕਹਿੰਦੇ ਸਿੰਘ ਹੁੰਦਾ ਨਾ ਸ਼ੇਰ ਹੁੰਦਾ, ਉਹ ਉਜਾੜ ਦੇ ਵਿੱਚ ਬੁੱਕੇ ਭਾਵੇਂ, ਜਾ ਕੇ ਜੰਗਲ ਦੇ ਵਿੱਚ ਜਾ ਕੇ ਬੁੱਕੇ ਭਾਵੇਂ। ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਵਾਲ ਭੰਨੀ ਜਾਈ, ਸਾਰੇ ਮਿਰਗਵਾਨ ਮਹਾਰਾਜ ਕਹਿੰਦੇ ਭੱਜ ਜਾਂਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਦੌੜ ਜਾਂਦੇ ਨੇ। ਸਿੰਘ ਜਦੋਂ ਬੁੱਕਦਾ, ਹਿਰਨ ਭੱਜ ਜਾਂਦੇ ਨੇ, ਮਿਰਗ ਭੱਜ ਜਾਂਦੇ ਨੇ। ਚੜ੍ਹਿਆ ਚੰਦ ਨਾ ਲੁਕੀ, ਕਾਢ ਕੁਨਾਲੀ ਜੋਤ ਸੁਬਾਈ। ਭਾਈ ਗੁਰਦਾਸ ਜੀ ਕਹਿੰਦੇ ਜੱਗ ਅੰਦਰ ਕੁਦਰਤ ਵਰਤਾਈ, ਇਸ ਸੰਸਾਰ ਦੇ ਵਿੱਚ ਐਸੀ ਕੁਦਰਤ ਗੁਰੂ ਨਾਨਕ ਸਾਹਿਬ ਨੇ ਵਰਤਾਈ। ਵੱਡੇ ਵੱਡੇ ਗੁਰੂ ਨਾਨਕ ਦੇ ਦਰ 'ਤੇ ਚੁੱਕੇ, ਜਿਹੜੇ ਚੁੱਕੇ ਉਹਨਾਂ ਦੀਆਂ ਜੀਵਨ ਸਾਖੀਆਂ ਦੇ ਵਿੱਚੋਂ, ਉਹਨਾਂ ਦੇ ਵਰਤਾਂਤਾਂ ਦੇ ਵਿੱਚੋਂ ਸਾਨੂੰ ਵੀ ਕੁਝ ਸਿੱਖ ਲੈਣਾ ਚਾਹੀਦਾ। ਆਪਾਂ ਸਾਰੇ ਗੁਰੂ ਨਾਨਕ ਦੇ ਦਰ ਦੇ ਸਿਖਿਆਰਥੀ ਹਾਂ, ਸਾਰੇ ਗੁਰੂ ਨਾਨਕ ਦੇ ਦਰ 'ਤੇ ਝੁਕੀਏ ਭਾਈ। ਗੁਰੂ ਨਾਨਕ ਦੇ ਦਰ ਦੇ ਨਾਲ ਸਾਰੇ ਜੁੜੇ ਰਹੀਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ, ਨਾਮ ਸਿਮਰਨ ਦੀਆਂ ਦਾਤਾਂ, ਬੰਦਗੀ ਦੀਆਂ ਦਾਤਾਂ ਸਾਡੇ ਝੋਲੀਆਂ ਦੇ ਵਿੱਚ ਪਾ ਦੇਣ। ਗੁਰੂ ਨਾਨਕ ਦੇ ਦਰ ਤੋਂ ਬੰਦਗੀ ਦੀ ਦਾਤ ਮੰਗਿਆ ਕਰੀਏ। ਗੁਰੂ ਨਾਨਕ ਦੇ ਦਰ 'ਤੇ ਆਇਆਂ ਸੱਚੇ ਪਾਤਸ਼ਾਹ ਸਰੀਰ ਰੂਪ ਜੋਤ ਦੇ ਵਿੱਚ ਰਹਿੰਦਿਆਂ ਹੋਇਆਂ, ਥਾਂ ਥਾਂ 'ਤੇ ਜਾ ਕੇ ਵੱਡਿਆਂ ਵੱਡਿਆਂ ਨੂੰ, ਹੰਕਾਰੀਆਂ ਨੂੰ, ਮਲਕ ਭਾਗੋ ਵਰਗਿਆਂ ਨੂੰ ਨਾਮ ਦੀਆਂ ਦਾਤਾਂ ਦੇ ਦਿੱਤੀਆਂ। ਕਿਰਪਾ ਕਰਦੇ ਤੇਰੇ ਦਰ 'ਤੇ ਆਇਆਂ ਚੱਲ ਕਰਕੇ ਨਿਮਾਣਿਆਂ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ। ਇਹ ਅਰਦਾਸਾਂ ਕਰਨੀਆਂ ਭਾਈ ਸਾਰਿਆਂ ਨੇ ਕਰਿਆ ਕਰਨੀ। ਜਦੋਂ ਸਾਰੇ ਕਰਾਂਗੇ ਨਾ ਸੱਚ ਕਰਕੇ ਜਾਣਿਓ, ਗੁਰੂ ਨਾਨਕ ਸਾਹਿਬ ਵੀ ਅੱਜ ਵੀ ਕਿਤੇ ਨਹੀਂ ਗਏ। ਇਹ ਸਾਡੇ ਮਨ ਦੀਆਂ ਬਾਤਾਂ ਨੇ ਕਿ 1469 ਦੇ ਵਿੱਚ ਪ੍ਰਕਾਸ਼ ਹੋਇਆ ਅਤੇ 1549 'ਚ ਜੋਤੀ ਜੋਤ ਸਮਾ ਗਏ। ਇਹ ਸਾਡੇ ਮਨ ਦੀਆਂ ਬਾਤਾਂ ਨੇ ਕਿ ਚਲੇ ਗਏ ਸਰੀਰ ਕਰਕੇ, ਚਲੇ ਗਏ ਸ਼ਬਦ ਕਰਕੇ, ਅੱਜ ਵੀ ਸਾਡੇ ਵਿੱਚ ਪ੍ਰਕਾਸ਼ ਨੇ। ਸਿੱਖਾ ਜੇ ਮਨ ਕਰਦਾ ਵੀ ਮੈਂ ਗੁਰੂ ਨਾਨਕ ਤੋਂ ਕੁਝ ਸਿੱਖਣਾ,
ਆ ਕਰਕੇ ਨਮਸਕਾਰ ਕਰਕੇ ਰੁਮਾਲਾ ਚੁੱਕ ਕੇ ਵੇਖ ਤਾਂ ਸਹੀ, ਗੁਰੂ ਨਾਨਕ ਜੀ ਤੈਨੂੰ ਗਿਆਨ ਦੇ ਰਹੇ ਨੇ, ਕੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ, ਤੈਨੂੰ ਸਿੱਖਿਆ ਦੇ ਰਹੇ ਨੇ। ਜੁੜ ਤੂੰ ਆ ਕੇ ਗੁਰੂ ਨਾਨਕ ਦੇ ਚਰਨਾਂ ਦੇ ਨਾਲ, ਜਦੋਂ ਪਿਆਰੇ ਜੁੜਾਂਗੇ ਨਾ ਮਨ ਕਰਕੇ, ਜਿਹੜੇ ਜੁੜੇ ਉਹ ਹੋਰਾਂ ਨੂੰ ਵੀ ਜੋੜ ਕੇ ਲੈ ਗਏ, ਜਿਹੜੇ ਤਰੇ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜ ਕਰਕੇ ਉਹ ਹੋਰਾਂ ਨੂੰ ਵੀ ਤਾਰ ਕੇ ਲੈ ਗਏ। ਅਤੇ ਸਾਧ ਸੰਗਤ, ਇਸ ਕਰਕੇ ਬੇਨਤੀ ਕਰੀਏ ਗੁਰੂ ਨਾਨਕ ਦੇ ਚਰਨਾਂ 'ਚ, ਲੱਖਾਂ ਤਰ ਗਏ ਨੇ ਲੱਖਾਂ ਨੇ ਤਰ ਜਾਣਾ, ਬੇਅੰਤ ਤਰੇ, ਇੱਥੇ ਲੱਖਾਂ ਦੀ ਗਿਣਤੀ ਨਹੀਂ ਪਿਆਰੇ, ਇਹ ਤਾਂ ਇੱਕ ਆਪਣੇ ਮਨ ਦਾ ਬਲਬ ਲਾਏ, ਆਪਾਂ ਪੜ੍ਹ ਲੈਂਦੇ ਹਾਂ ਸਾਰੇ, ਲੱਖਾਂ ਲੱਖਾਂ ਦੀ ਤਾਂ ਗੱਲ ਹੀ ਨਹੀਂ, ਇਹ ਤਾਂ ਪਤਾ ਹੀ ਨਹੀਂ, ਗੁਰੂ ਨਾਨਕ ਦੇ ਤਾਰਿਆਂ ਦੀ ਕੋਈ ਗਿਣਤੀ ਥੋੜ੍ਹੀ ਕੀਤੀ ਜਾ ਸਕਦੀ ਹੈ, ਗੁਰੂ ਨਾਨਕ ਨੇ ਕਿੰਨਿਆਂ ਕੁ ਨੂੰ ਤਾਰਿਆ। ਲੱਖਾਂ ਤਰ ਗਏ ਨੇ ਲੱਖਾਂ ਨੇ ਤਰ ਜਾਣਾ, ਬਾਬਾ ਜੀ ਤੇਰੀ ਬਾਣੀ ਪੜ ਕੇ, ਲੱਖਾਂ ਤਰ ਗਏ ਨੇ ਲੱਖਾਂ ਨੇ ਤਰ ਜਾਣਾ, ਬਾਬਾ ਜੀ ਤੇਰੀ ਬਾਣੀ ਪੜ ਕੇ, ਲੱਖਾਂ ਤਰ ਗਏ ਲੱਖਾਂ ਤਰ ਗਏ ਨੇ ਲੱਖਾਂ ਨੇ ਤਰ ਜਾਣਾ, ਲੱਖਾਂ ਨੇ ਤਰ ਜਾਣਾ, ਲੱਖਾਂ ਨੇ ਤਰ ਜਾਣਾ, ਬਾਬਾ ਜੀ ਤੇਰੀ ਬਾਣੀ ਪੜ, ਲੱਖਾਂ ਤਰ ਗਏ ਨੇ ਲੱਖਾਂ ਨੇ ਤਰ ਜਾਣਾ, ਬਾਬਾ ਜੀ ਤੇਰੀ ਬਾਣੀ ਪੜ ਕੇ, ਲੱਖਾਂ ਤਰ ਕਲਯੁਗ ਮੈਂ ਕੀਰਤਨ ਪਰਦਾਨਾ, ਗੁਰਮੁਖ ਜਪੀਐ ਆਪ ਤਰੈ ਸਗਲੈ ਕੁਲ ਤਾਰ, ਹਰ ਦਰਗਹਿ ਪਤ ਸਿਉ। ਇਹ ਹੈ ਗੁਰੂ ਨਾਨਕ ਦੀ ਸਿਫਤ, ਮਹਾਰਾਜ ਕਹਿੰਦੇ ਪ੍ਰਧਾਨਗੀ ਦਿੱਤੀ ਹੈ ਗੁਰੂ ਨਾਨਕ ਦੀ ਸਿਫਤ ਨੂੰ, ਕਲਯੁਗ ਮਾਹੈ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਜਿਹੜੇ ਗੁਰਮੁਖ ਜਨ ਹੁੰਦੇ ਨੇ, ਅਤੇ ਸਾਧ ਸੰਗਤ ਗੁਰਮੁਖ ਜਨ ਜਿਹੜੇ ਹੁੰਦੇ ਨੇ ਉਹ ਧਿਆਨ ਨਾਲ ਜਿਹੜੇ ਜਪਦੇ ਨੇ ਆਪ ਵੀ ਤਰਦੇ ਨੇ, ਆਪ ਤਰੈ ਸਗਲੈ ਕੁੱਲ ਤਾਰੈ, ਸਾਰੀਆਂ ਕੁੱਲਾਂ ਨੂੰ ਤਾਰ ਕੇ ਲੈ ਜਾਂਦੇ ਨੇ, ਹਰ ਦਰਗਹਿ ਪਤ ਸਿਉ ਜਾਏਂਦਾ। ਇੱਥੇ ਹੀ ਸਮੇਂ ਦੀ ਸਮਾਪਤੀ ਹੈ ਪਿਆਰਿਓ, ਬੇਅੰਤ ਬੇਅੰਤ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਦਾਸ ਦੀ ਡਿਊਟੀ ਲਾਈ, ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਹੈ, ਜਿੱਥੇ ਪ੍ਰਬੰਧਕਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਜੋ ਸਾਧ ਸੰਗਤ ਜਦੋਂ ਮਿਲੇ ਬੜਾ ਮਨ ਖੁਸ਼ ਹੋਇਆ, ਸਾਧ ਸੰਗਤ ਬੂਲੇਆਲ ਤੋਂ ਭਾਈ ਰਾਵਲ ਸਿੰਘ ਜੀ, ਜੋ ਸਾਧ ਸੰਗਤ ਜਥੇ ਦੇ ਨਾਲ ਹੀ ਜਿੱਥੇ ਵੀ ਕਿਤੇ ਅਖੰਡ ਪਾਠ ਸਾਹਿਬ ਹੁੰਦਾ, ਪਿਛਲੇ ਦਿਨ ਹੀ ਰੱਤੇਆਲ ਨਗਰ ਦੇ ਵਿੱਚ ਸਾਰੇ ਜਥੇ ਨੇ ਉੱਥੇ ਸੇਵਾ ਨਿਭਾਈ ਹੈ,
ਇੱਥੇ ਵੀ ਸਾਧ ਸੰਗਤ ਜਦੋਂ ਵੇਖਿਆ ਵੀ ਬੂਲੇਆਲ ਵਾਲੇ ਸਾਰੇ ਪਹੁੰਚੇ ਹੋਏ ਨੇ, ਜਥੇ ਦੇ ਸਿੰਘ ਸਤਿਗੁਰ ਨੇ ਕਿਰਪਾ ਕੀਤੀ ਇਹਨਾਂ ਤੋਂ ਪਾਠ ਦੀ ਸੇਵਾ ਲਈ ਹੈ। ਪਾਠੀ ਸਿੰਘਾਂ ਦਾ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਗੁਰੂ ਕੀਆਂ ਸੰਗਤਾਂ ਦਾ ਧੰਨਵਾਦ, ਸੇਵਾਦਾਰਾਂ ਦਾ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ।